ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੌਣ ਮੁਰਾਰੀ ਰਹਿ ਰਵਤਾਸ ਆਇਓ ਸ੍ਰੀ ਅਰਜਨ ਕੇ ਪਾਸ। ਧੌਣ ਮੁਰਾਰੀ ਰਹਿ ਰਵਤਾਸ
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਜੁਗੋ ਜੁਗ ਅਟਲ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਸਤਿਗੁਰੂ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ 6 ਜੂਨ 1984 ਦਾ ਉਹ ਘੱਲੂਘਰ ਜਦੋਂ ਉਸ ਸਮੇਂ ਦੀ ਜਰਵਾਣੀ ਔਰ ਜ਼ਾਲਮ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਬੜੀ ਨਿਰਦੈਤਾ ਦੇ ਨਾਲ ਕਹਿਰਾਂ ਭਰਿਆ ਹਮਲਾ ਕੀਤਾ। ਉਸ ਹਮਲੇ ਦੌਰਾਨ ਜਿੱਥੇ ਛੋਟੇ ਛੋਟੇ ਭਟੰਗੀਆਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉੱਥੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਅਤੇ ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਨਰਲ ਸਰਦਾਰ ਸੁਬੇਗ ਸਿੰਘ ਜੀ, ਸ਼ਹੀਦ ਬਾਬਾ ਠਾਰਾ ਸਿੰਘ ਜੀ ਸਮੇਤ ਅਣਗਿਣਤ ਸਿੰਘਾਂ ਸਿੰਘਣੀਆਂ ਨੇ ਜ਼ਾਲਮ ਹਕੂਮਤ ਦੇ ਨਾਲ ਸਾਧ ਸੰਗਤ ਜੀ ਬੜਾ ਭਾਰੀ ਮੁਕਾਬਲਾ ਕਰਦਿਆਂ ਸਤਨਾਮ ਵਾਹਿਗੁਰੂ। ਸੋ ਸਾਧ ਸੰਗਤ ਜੀ, ਜ਼ਾਲਮ ਹਕੂਮਤ ਦਾ ਡਟ ਕੇ ਮੁਕਾਬਲਾ ਕਰਦਿਆਂ ਹੋਇਆਂ ਆਪਣੇ ਪਿਆਰੇ ਗੁਰਧਾਮਾਂ ਦੀ ਰੱਖਿਆ ਵਾਸਤੇ, ਖਾਲਸਾ ਪੰਥ ਦੀ ਆਨ ਅਤੇ ਸ਼ਾਨ ਦੀ ਖਾਤਰ ਮਹਾਨ ਸ਼ਹੀਦੀਆਂ ਦਿੱਤੀਆਂ ਹਨ। ਇਹ ਸਿੱਖ ਪੰਥ ਦਾ ਤੀਸਰਾ ਘੱਲੂਘਰ ਹੈ ਔਰ ਜੋ 19ਵੀਂ ਸਦੀ ਦੇ ਵਿੱਚ ਵਾਪਰਿਆ ਹੈ। ਇਹ ਤੀਸਰੇ ਘੱਲੂਘਾਰੇ ਦੇ ਸ਼ਹੀਦੀ ਦੀਵਾਨਾਂ ਦੀ ਲੜੀ ਵੱਖ ਵੱਖ ਨਗਰਾਂ ਦੇ ਵਿੱਚ ਚੱਲ ਰਹੀ ਹੈ ਔਰ ਅੱਜ ਦਾ ਵਿਸ਼ੇਸ਼ ਸ਼ਹੀਦੀ ਸਮਾਗਮ ਨਗਰ ਜੇਠੂਵਾਲ ਦੀਆਂ ਸਮੁੱਚੀਆਂ ਸੰਗਤਾਂ ਦੇ ਉੱਦਮ ਔਰ ਉਪਰਾਲੇ ਨਾਲ ਇਸ ਨਗਰ ਵਿੱਚ ਔਰ ਇਸ ਗੁਰੂ ਘਰ ਵਿਖੇ ਰੱਖਿਆ ਗਿਆ ਹੈ। ਸਾਧ ਸੰਗਤ ਜੀ, ਇਸ ਨਗਰ ਦਾ ਦਮਦਮੀ ਟਕਸਾਲ ਦੇ ਨਾਲ ਬੜਾ ਪੁਰਾਣਾ ਨਾਤਾ ਹੈ। ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਜਥੇ ਵਿੱਚ ਜਥੇਦਾਰ ਭਾਈ ਰਾਮ ਸਿੰਘ ਜੀ ਜੇਠੂਵਾਲ, ਜੋ ਸਿੰਘਾਂ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਔਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਸੰਥਿਆ ਕਰਵਾਉਂਦੇ ਰਹੇ ਔਰ ਬੜਾ ਲੰਮਾ ਸਮਾਂ ਜਥੇ ਵਿੱਚ ਰਹਿ ਕੇ ਉਹਨਾਂ ਨੇ ਸੇਵਾ ਕੀਤੀ।
ਔਰ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਵੀ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬੜਾ ਲੰਮਾ ਸਮਾਂ ਮਹਾਂਪੁਰਖਾਂ ਦੀ ਆਗਿਆ ਵਿੱਚ ਰਹਿ ਕੇ ਉੱਥੇ ਸੇਵਾਵਾਂ ਨਿਭਾਉਂਦੇ ਰਹੇ, ਸਿੰਘਾਂ ਨੂੰ ਗੁਰਬਾਣੀ ਦੀ ਸੰਥਿਆ ਵੀ ਔਰ ਸ਼ਸਤਰ ਵਿੱਦਿਆ ਗਤਕਾ ਵੀ ਸਿਖਾਉਂਦੇ ਸਨ। ਉਸ ਤੋਂ ਉਪਰੰਤ ਸਾਧ ਸੰਗਤ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਪਾਸ ਨਗਰ ਚੌੜੇ ਮਧਰੇ ਇਸ ਇਲਾਕੇ ਦੀ ਸੰਗਤ ਆਈ। ਉਹਨਾਂ ਨੇ ਬੇਨਤੀ ਕੀਤੀ ਕਿ ਸਾਡੇ ਬਾਹਰ ਬਾਹਰ ਬਹੁਤ ਸੁੰਦਰ ਅਸਥਾਨ ਹੈ, ਉੱਥੇ ਕੋਈ ਗੁਰਮੁਖ ਯੋਗ ਸਿੰਘ ਭੇਜੋ ਤਾਂ ਕਿ ਉੱਥੇ ਸਾਰਾ ਪ੍ਰਬੰਧ ਚਲਾਵੇ, ਸੇਵਾ ਕਰੇ ਔਰ ਸੰਗਤਾਂ ਨੂੰ ਗੁਰਬਾਣੀ ਦੀ ਸੰਥਿਆ ਕਰਾਇਆ ਕਰੇ। ਤਾਂ ਮਹਾਂਪੁਰਖਾਂ ਨੇ ਜਥੇਦਾਰ ਜੀ ਨੂੰ ਫਿਰ ਚੌੜੇ ਮਧਰੇ ਨਗਰ ਵਿੱਚ ਬਾਹਰ ਬਾਹਰ ਅਸਥਾਨ ਹੈ ਝਿੜੀ ਵਿੱਚ, ਉਸ ਅਸਥਾਨ 'ਤੇ ਸੇਵਾ ਲਈ ਭੇਜਿਆ ਔਰ ਉਸ ਤੋਂ ਉਪਰੰਤ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਸਮੇਂ ਤੱਕ ਉਹ ਉਸ ਅਸਥਾਨ 'ਤੇ ਸੇਵਾ ਕਰਦੇ ਰਹੇ। ਜਦੋਂ ਉਹਨਾਂ ਦਾ ਸਰੀਰ ਬਹੁਤਾ ਹੀ ਢਿੱਲਾ ਹੋ ਗਿਆ ਫਿਰ ਉਹਨਾਂ ਦੇ ਸਰੀਰ ਦੀ ਸੇਵਾ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਭਾਈ ਜਗੀਰ ਸਿੰਘ ਜੀ ਮਹੰਤ ਉਹਨਾਂ ਨੂੰ ਉਹਨਾਂ ਦੀ ਸੇਵਾ ਵਿੱਚ ਭੇਜਿਆ, ਜੋ ਅਖੀਰਲੇ ਦਮ ਤੱਕ ਉਹਨਾਂ ਦੀ ਸੇਵਾ ਸੰਭਾਲ ਹਰ ਤਰ੍ਹਾਂ ਕਰਕੇ ਸੇਵਾ ਕਰਦੇ ਰਹੇ। ਸੋ ਬੜੇ ਪਰਉਪਕਾਰੀ ਗੁਰਮੁਖ ਜੀਵਨ ਵਾਲੇ, ਉੱਚੇ ਸੁੱਚੇ ਜੀਵਨ ਵਾਲੇ, ਗੁਰਬਾਣੀ ਦੇ ਸ਼ੁੱਧ ਉਚਾਰਨ ਕਰਨ ਵਾਲੇ, ਸੰਗਤਾਂ ਨੂੰ ਗੁਰਬਾਣੀ ਪੜ੍ਹਾਉਣ ਵਾਲੇ ਉਹ ਗੁਰਮੁਖ ਪਿਆਰੇ ਭਾਈ ਰਾਮ ਸਿੰਘ ਜੀ ਡੇਠੂਵਾਲ ਇਸ ਨਗਰ ਦੇ ਸਨ। ਔਰ ਸਾਧ ਸੰਗਤ ਜੀ ਜਦੋਂ ਜੂਨ 84 ਦਾ ਘੱਲੂਘਾਰਾ ਹੋਇਆ ਉਦੋਂ ਵੀ ਇਸ ਨਗਰ ਦੇ ਸਿੰਘਾਂ ਨੇ ਮਹਾਂਪੁਰਖਾਂ ਦੇ ਉਹਨਾਂ ਬਚਨਾਂ 'ਤੇ ਅਟੱਲ ਪਹਿਰਾ ਦਿੰਦਿਆਂ ਹੋਇਆਂ ਕਿ ਜਦੋਂ ਦੇਸ਼ ਦੀ ਜ਼ਾਲਮ ਹਕੂਮਤ ਵੱਲੋਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਜਾਏ ਤਾਂ ਕੋਈ ਵੀ ਸਿੱਖ ਘਰ ਵਿੱਚ ਚੈਨ ਨਾਲ ਨਾ ਬੈਠੇ, ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਹੀਰਾਂ ਘੱਤ ਲਵੇ। ਤਾਂ ਇੱਥੋਂ ਅਮਰ ਸ਼ਹੀਦ ਭਾਈ ਬਲਦੇਵ ਸਿੰਘ ਜੀ ਦੀ ਅਗਵਾਈ ਵਿੱਚ ਔਰ ਸੰਗਤ ਵਿੱਚ ਬੈਠੇ ਆ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ, ਇਹਨਾਂ ਸਿੰਘਾਂ ਦਾ ਜਥਾ ਗਿਆ ਔਰ ਉਸ ਸਮੇਂ ਸਾਧ ਸੰਗਤ ਜੀ ਮਿਲਟਰੀ ਦੇ ਨਾਲ ਭਾਰੀ ਮੁਕਾਬਲਾ ਹੋਇਆ ਤਾਂ ਭਾਈ ਬਲਦੇਵ ਸਿੰਘ ਜੀ ਡੇਠੂਵਾਲ ਉਹਨਾਂ ਦੀ 6 ਜੂਨ ਦੇ ਘੱਲੂਘਾਰੇ ਦੇ ਦੌਰਾਨ ਹੀ ਉੱਥੇ ਸ਼ਹੀਦੀ ਹੋਈ ਔਰ ਇਹਨਾਂ ਸਿੰਘਾਂ ਨੂੰ ਸਮੇਂ ਦੀ ਹਕੂਮਤ ਨੇ ਗ੍ਰਿਫਤਾਰ ਕਰਕੇ 5 ਸਾਲ ਤੋਂ ਉੱਤੇ ਅਰਸਾ ਨਜ਼ਰ ਬੰਦ ਕਰਕੇ ਜੋਧਪੁਰ ਜੇਲ੍ਹ ਦੇ ਵਿੱਚ ਰੱਖਿਆ। ਸੋ ਇਹ ਨਗਰ ਦਾ ਬੜਾ ਪੁਰਾਣਾ ਦਮਦਮੀ ਟਕਸਾਲ ਦੇ ਨਾਲ ਨਾਤਾ ਹੈ ਔਰ ਇਸ ਨਗਰ ਦੇ ਸਿੰਘਾਂ ਨੇ ਕੌਮ ਦੇ ਸੰਘਰਸ਼ ਵਿੱਚ ਆਪਣੀਆਂ ਸ਼ਹਾਦਤਾਂ ਵੀ ਦਿੱਤੀਆਂ, ਕੁਰਬਾਨੀਆਂ ਵੀ ਦਿੱਤੀਆਂ, ਜੇਲ੍ਹਾਂ ਵਿੱਚ ਰਹਿ ਕੇ ਤਸੀਹੇ ਵੀ ਝੱਲੇ ਹਨ। ਸੋ ਸਾਧ ਸੰਗਤ ਜੀ ਇਹ ਕੁਰਬਾਨੀ ਵਾਲੇ ਸਿੰਘਾਂ ਦੀ ਪੰਥ ਨੂੰ ਬੜੀ ਭਾਰੀ ਦੇਣ ਵੀ ਔਰ ਸੇਵਾ ਵੀ ਹੈ, ਜਿਨ੍ਹਾਂ ਨੇ ਆਪਣੇ ਘਰ ਕਾਰ ਦਾ ਆਪਣੇ ਪਰਿਵਾਰਾਂ ਦਾ ਕੋਈ ਪਰਵਾਹ ਨਾ ਕਰਦਿਆਂ, ਖਿਆਲ ਨਾ ਰੱਖਦਿਆਂ ਕੌਮ ਨੂੰ ਸਮਰਪਿਤ ਰੱਖ ਕੇ ਆਪਣੀ ਸੇਵਾ ਨਿਭਾਈ ਹੈ। ਇਸੇ ਤਰ੍ਹਾਂ ਵਰਤਮਾਨ ਸਮੇਂ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਸ਼ਮਸ਼ੇਰ ਸਿੰਘ ਜੀ ਡੇਠੂਵਾਲ, ਜਿਨ੍ਹਾਂ ਉੱਤੇ ਸਤਿਗੁਰੂ ਜੀ ਦੀ ਬੜੀ ਭਾਰੀ ਕਿਰਪਾ ਹੈ, ਬੜਾ ਸੁੰਦਰ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਵਿਦਵਤਾ ਪੂਰਵਕ ਗਿਆਨ ਵੀ ਬਖਸ਼ਿਆ। ਆਪ ਜੀ
ਸਿੱਖ ਪੰਥ 'ਤੇ ਹੋ ਰਹੇ ਹਰ ਹਮਲੇ ਦਾ ਬੜੀ ਦੂਰ ਅੰਦੇਸ਼ੀ ਬੜੀ ਸਿਆਣਪ ਦੇ ਨਾਲ ਆਪਣੀ ਕਲਮ ਦੁਆਰਾ ਉਹਨਾਂ ਸਿੱਖ ਵਿਰੋਧੀ ਤਾਕਤਾਂ ਦਾ ਸਮੇਂ ਸਮੇਂ ਮੁਕਾਬਲਾ ਕਰਦੇ ਰਹਿੰਦੇ ਹੈ ਔਰ ਹਮੇਸ਼ਾ ਹੀ ਇਹਨਾਂ ਨੇ ਦਮਦਮੀ ਟਕਸਾਲ ਦੀਆਂ ਸੇਵਾਵਾਂ ਵਿੱਚ ਆਪਣਾ ਬੜਾ ਭਾਰੀ ਯੋਗਦਾਨ ਪਾਇਆ, ਅੱਜ ਵੀ ਪਾ ਰਹੇ ਹਨ। ਸੋ ਇਹਨਾਂ ਸਾਰੇ ਸਿੰਘਾਂ ਦੇ ਪ੍ਰੇਮ ਕਰਕੇ ਇਹ ਸਾਰੇ ਪ੍ਰੋਗਰਾਮ ਰੱਖੇ ਗਏ ਹੈ। ਆਪ ਜੀ ਨੇ ਜਥੇ ਦੇ ਭਟੰਗੀ ਸਿੰਘਾਂ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ। ਉਸ ਤੋਂ ਉਪਰੰਤ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਵੀ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਆਓ ਗੁਰਸੰਗਤ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਮੁਰਾਰੀ ਨਾਮ ਦੇ ਸਿੱਖ ਆਏ ਹੈ। ਉਹਨਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਬਾਣੀ ਵੀ ਪੜ੍ਹੀ ਦੀ ਹੈ, ਨਾਮ ਵੀ ਜਪੀਦਾ ਹੈ, ਸਿਮਰਨ ਵੀ ਕਰੀਦਾ ਹੈ, ਪਰ ਜਿਹੜਾ ਮਨ ਹੈ ਨਾ, ਮਨ ਵਿੱਚੋਂ ਦੁਰਮਤ ਨਹੀਂ ਜਾਂਦੀ, ਮਨ ਵਿੱਚੋਂ ਬੁਰੇ ਖਿਆਲ ਨਹੀਂ ਜਾਂਦੇ, ਵਾਰ ਵਾਰ ਮਨ ਉੱਤੇ ਉਹਨਾਂ ਦਾ ਪ੍ਰਭਾਵ ਮੁੜ ਮੁੜ ਕੇ ਪੈਂਦਾ ਰਹਿੰਦਾ ਹੈ। ਇਸ ਲਈ ਸੱਚੇ ਪਾਤਸ਼ਾਹ ਕਿਰਪਾ ਕਰੋ, ਮਨ ਦੀ ਨਿਰਮਲਤਾ ਵਾਸਤੇ, ਮਨ ਦੀ ਸ਼ੁੱਧੀ ਵਾਸਤੇ, ਮਨ ਦੀ ਇਕਾਗਰਤਾ ਵਾਸਤੇ, ਮਨ ਦੇ ਟਿਕਾਅ ਵਾਸਤੇ, ਮਨ ਦੀ ਸ਼ਾਂਤੀ ਵਾਸਤੇ, ਮਨ ਵਿੱਚ ਨਾਮ ਦਾ ਰਸ ਭਰ ਜਾਏ, ਐਸਾ ਕਿਰਪਾ ਕਰਕੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ ਤਾਂ ਸਤਿਗੁਰੂ ਜੀ ਬਹੁਤ ਸੁੰਦਰ ਇਹ ਸ਼ੁਭ ਸਿੱਖਿਆ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀ ਨੂੰ ਇਕਾਗਰ ਕਰਕੇ ਸੰਗਤ ਜੀ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੌਣ ਮੁਰਾਰੀ ਰਹਿ ਰਵਤਾਸ। ਇਹ ਭਾਈ ਮੁਰਾਰੀ ਧੌਣ ਜਾਤੀ ਦੇ ਔਰ ਰੋਹਤਾਸ ਇਲਾਕਾ ਹੈ, ਜਿੱਥੋਂ ਦੇ ਖਾਲਸਾ ਜੀ ਦੇ ਮਾਤਾ ਸਾਹਿਬ ਦੇਵ ਕੌਰ ਜੀ ਦਾ ਇਹ ਨਗਰ ਹੈ। ਉੱਥੋਂ ਇਹ ਗੁਰੂ ਕੇ ਸਿੱਖ ਆਏ ਹਨ। ਕਿੱਥੇ ਕਿੱਥੇ ਤੱਕ ਗੁਰੂ ਕੀ ਸਿੱਖੀ ਫੈਲੀ ਹੋਈ ਸੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਨੌ ਖੰਡਾਂ ਚੌਂ ਚੱਕਾਂ ਦੇ ਵਿੱਚ ਨਾਮ ਦਾ ਉਪਦੇਸ਼ ਦੇ ਕੇ ਸਿੱਖੀ ਦਾ ਬੀਜ ਕਿੱਥੋਂ 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 ਤੱਕ ਮੇਰੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਬੀਜਿਆ ਹੈ। ਇਸ ਕਰਕੇ ਰੋਹਤਾਸ ਨਗਰ ਦੇ ਰਹਿਣ ਵਾਲੇ ਭਾਈ ਮੁਰਾਰੀ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਆ ਰਹੇ ਹਨ। ਧੌਣ ਸ਼ਬਦ ਜਿਹੜਾ ਇਹ ਜਾਤੀ ਦਾ ਪ੍ਰਤੀਕ ਹੈ। ਸਾਧ ਸੰਗਤ ਜੀ, ਮੈਂ ਇਹ ਬੇਨਤੀ ਕਰਦੇ ਹਾਂ ਕਿ ਜਦੋਂ ਸਿੱਖ ਪੰਥ ਦਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਦੇ ਉੱਤੇ ਆਪ ਜੀ ਨੇ ਆਗਾਜ਼ ਕੀਤਾ, ਸਿੱਖ ਪੰਥ ਦੀ ਸਥਾਪਨਾ ਕੀਤੀ, ਉਦੋਂ ਸਤਿਗੁਰੂ ਜੀ ਨੇ ਸਿੱਖ ਪੰਥ ਦੇ ਵਿੱਚ ਹਰ ਜਾਤੀ ਦੇ ਲੋਕਾਂ ਲਈ, ਹਰ ਮਜ਼ਹਬ ਦੇ ਲੋਕਾਂ ਲਈ, ਹਰ ਕੌਮ ਦੇ ਲੋਕਾਂ ਲਈ ਖੁੱਲ੍ਹੇ ਦਰਵਾਜ਼ੇ ਰੱਖੇ ਕਿ ਕੋਈ ਵੀ ਭਾਈ ਗੁਰੂ ਘਰ ਵਿੱਚੋਂ ਆ ਕੇ ਨਾਮ ਦਾ ਉਪਦੇਸ਼, ਗੁਰਮਤਿ ਦਾ ਉਪਦੇਸ਼, ਆਪਣੇ ਜੀਵਨ ਦੀ ਸਫਲਤਾ ਦਾ ਉਪਦੇਸ਼ ਪ੍ਰਾਪਤ ਕਰ ਸਕਦਾ ਹੈ। ਉਦੋਂ ਜਿਹੜੇ ਉੱਚ ਜਾਤੀਆਂ ਵਾਲੇ ਲੋਕ ਸਨ, ਹੰਕਾਰੀ ਬਿਰਤੀ ਵਾਲੇ ਸਨ, ਜਾਤ ਅਭਿਮਾਨੀ ਲੋਕ ਸਨ, ਉਹ ਸਿੱਖਾਂ ਨਾਲ ਬੜੀ ਨਫ਼ਰਤ ਕਰਿਆ ਕਰਦੇ ਸਨ। ਸਿੱਖਾਂ ਨੂੰ ਕਿਹਾ ਕਰਦੇ ਸਨ, ਇਹ ਸ਼ੂਦਰਾਂ ਦਾ ਧਰਮ ਹੈ, ਇਹ ਸ਼ੂਦਰ ਲੋਕ ਇਕੱਠੇ ਹੋਏ ਹੋਏ ਹਨ, ਇਹ ਸ਼ੰਕਰ ਵਰਣੀਏ ਹਨ,
ਇਸ ਕਰਕੇ ਐਸੇ ਨਾਵਾਂ ਨਾਲ ਸਿੱਖਾਂ ਨੂੰ ਤਰਕਾਂ ਮਾਰ ਮਾਰ ਕੇ ਨੀਵਾਂ ਦਿਖਾਉਂਦੇ, ਸਿੱਖਾਂ ਨਾਲ ਜਲਾਲਤ ਪੂਰਵਕ ਵਰਤ ਵਿਹਾਰ ਕਰਿਆ ਕਰਦੇ ਸਨ। ਪਰ ਸਤਿਗੁਰੂ ਜੀ ਦੇ ਪੰਥ ਦੀ ਐਸੀ ਮਹਿਮਾ ਫੈਲੀ ਤਾਂ ਉਸ ਪੰਥ ਵਿੱਚ ਫਿਰ ਬ੍ਰਾਹਮਣ ਲੋਕ ਵੀ ਆ ਕੇ ਸਿੱਖੀ ਧਾਰਨ ਕੀਤੀ, ਉਹਨਾਂ ਨੇ ਖੱਤਰੀਆਂ ਨੇ ਵੀ ਧਾਰਨ ਕੀਤੀ, ਵੈਸ਼ਾਂ ਨੇ ਵੀ, ਸ਼ੂਦਰ ਵੀ, ਸਾਰੇ ਗੁਰੂ ਕੇ ਪੰਥ ਦਾ ਹਿੱਸਾ ਬਣੇ। ਤਾਂ ਕਰਕੇ ਸਾਧ ਸੰਗਤ ਜੀ ਇਹ ਜਿਹੜਾ ਜ਼ਿਕਰ ਹੈ ਇਹ ਭਾਈ ਮਨੀ ਸਿੰਘ ਜੀ ਨੇ ਗਿਆਨ ਰਤਨਾਵਲੀ ਦੇ ਵਿੱਚ ਵੀ ਇਹ ਜ਼ਿਕਰ ਕੀਤੇ ਆ ਕਿ ਜਿਹੜੇ ਉੱਚ ਜਾਤੀਆਂ ਦੇ ਲੋਕ ਸਨ ਨਾ ਉਹ ਵੀ ਭਾਈ ਆ ਕੇ ਗੁਰੂ ਕੇ ਸਿੱਖ ਬਣੇ। ਇਹ ਸਿੱਖ ਪੰਥ ਗੁਰੂ ਕਾ ਨਿਰਾਲਾ ਪੰਥ ਹੈ, ਇਹਦੇ ਵਿੱਚ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ, ਕੋਈ ਵੀ ਕਿਤੋਂ ਵੀ ਆ ਸਕਦਾ, ਚੌਂ ਕੁੰਟਾਂ 'ਚੋਂ ਵੀ ਆ ਸਕਦਾ, ਕਿਸੇ ਜਾਤ ਵਿੱਚੋਂ ਵੀ ਆ ਸਕਦਾ। ਜਿਹੜਾ ਸਿੱਖੀ ਧਾਰਨ ਕਰ ਗਿਆ ਉਸ ਲਈ ਗੁਰੂ ਕਾ ਹੁਕਮ ਹੈ, ਏਕ ਪਿਤਾ ਏਕ ਸਕੇਹਮ ਬਾਰਕ, ਤੂੰ ਮੇਰਾ ਗੁਰਹਾਈ, ਤੂੰ ਸਾਡਾ ਸਾਹਿਬ, ਬਾਪ ਹਮਾਰਾ, ਉਹ ਸਾਰੇ ਆਪਸ ਵਿੱਚ ਗੁਰ ਭਾਈ ਹਨ, ਗੁਰ ਭੈਣਾਂ, ਗੁਰ ਮਾਤਾਵਾਂ, ਗੁਰ ਬੱਚੀਆਂ, ਗੁਰ ਬੱਚੇ, ਭਾਵ ਸਾਰੇ ਗੁਰੂ ਕੇ ਸਿੱਖ ਹਨ। ਸਾਰਿਆਂ ਨੂੰ ਮਹਾਰਾਜ ਜੀ ਨੇ ਬਰਾਬਰਤਾ ਦਾ ਇਹ ਮਹਾਨ ਸਨਮਾਨ ਬਖਸ਼ਿਸ਼ ਕੀਤਾ ਗੁਰਸਿੱਖੀ ਧਰਮ ਵਿੱਚ। ਸੋ ਸਾਧ ਸੰਗਤ ਜੀ ਤਾਂ ਕਰਕੇ ਇਹ ਜ਼ਿਕਰ ਕਿਤੇ ਕਿਤੇ ਤੁਹਾਨੂੰ ਇਤਿਹਾਸ ਵਿੱਚ ਪੜ੍ਹਨ ਨੂੰ ਮਿਲੇਗਾ। ਇਸ ਕਰਕੇ ਧੌਣ ਜਾਤੀ ਵਿੱਚੋਂ ਮਰਾਰੀ ਸਿੱਖ ਰੋਹਤਾਸ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਹਨ। ਆਇਓ ਸ਼੍ਰੀ ਅਰਜਨ ਕੇ ਪਾਸ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਹੈ। ਕਰ ਤੇ ਸਮੋ ਨਮੋ ਟਿਕ ਬੈਸਾ, ਉਹ ਸਮੇਂ ਇਹਨਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਹਜ਼ੂਰ ਦੇ ਚਰਨਾਂ ਵਿੱਚ ਜਿੱਥੇ ਸੰਗਤ ਬੈਠੀ ਆ ਉੱਥੇ ਹੱਥ ਜੋੜ ਕੇ ਬੈਠ ਗਏ। ਹੱਥ ਜੋੜ ਬੂਝਿਓ ਕਹਿ ਐਸਾ, ਫਿਰ ਇਹਨਾਂ ਨੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਬੇਨਤੀ ਕਰਕੇ ਪੁੱਛਿਆ ਹੈ। ਆਪ ਜੋ ਬਾਣੀ ਕੀਨ ਉਚਾਰਨ, ਇਹ ਸੱਚੇ ਪਾਤਸ਼ਾਹ ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਜੋ ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੀ, ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਤੇ ਆਪ ਜੀ ਦੁਆਰਾ ਜਿੰਨੀ ਵੀ ਗੁਰੂ ਕੀ ਬਾਣੀ ਉਚਾਰਨ ਕੀਤੀ ਹੋਈ ਹੈ, ਪਠੈ ਸੁਣੈ ਹਮ ਕਰੈ ਵਿਚਾਰਨ, ਉਸ ਬਾਣੀ ਨੂੰ ਸਾਰਾ ਦਿਨ ਪੜ੍ਹਦੇ ਹਾਂ, ਉਸੇ ਬਾਣੀ ਦਾ ਪਾਠ ਕੀਰਤਨ ਕਥਾ ਸੁਣਦੇ ਹਾਂ, ਫਿਰ ਉਸੇ ਬਾਣੀ ਦੀ ਬ੍ਰਹਮ ਵਿਚਾਰ ਕਰਦੇ ਹਾਂ, ਵਾਰ ਵਾਰ ਹਿਰਦੇ ਵਿੱਚ, ਸੁਰਤ ਵਿੱਚ, ਧਿਆਨ ਵਿੱਚ ਅਭਿਆਸ ਹੁੰਦਾ ਵਿਚਾਰ ਦਾ। ਸਾਧ ਸੰਗਤ ਜੀ ਇੱਕ ਤਾਂ ਅਰਥਾਂ ਦਾ ਗਿਆਨ ਹਾਸਲ ਕਰ ਲਿਆ, ਮੰਨ ਲਓ ਇੱਕ ਹੈ ਵਿਚਾਰ ਗੁਰਬਾਣੀ ਦਾ ਅਭਿਆਸ ਰੂਪ ਚਿੰਤਨ ਕਰਨਾ ਜਿਹੜਾ, ਸਿਮਰਨ ਹੋਰ ਗੱਲ ਹੈ, ਜਾਪ ਹੋਰ ਗੱਲ ਹੈ, ਚਿੰਤਨ ਹੋਰ ਹੈ, ਇਹਨੂੰ ਵਿਚਾਰ ਦਾ ਦਰਜਾ ਦਿੱਤਾ ਜਾਂਦਾ ਹੈ। ਇਸ ਕਰਕੇ ਪੁਨਾ ਪੁਨਾ ਵਾਰ ਵਾਰ ਗੁਰਬਾਣੀ ਦੇ ਜੋ ਅਮੋਲਕ ਸ਼ਬਦ ਹਨ ਉਹਨਾਂ ਦੀ ਵਿਚਾਰ ਹਿਰਦੇ ਵਿੱਚ ਵਾਰ ਵਾਰ ਕਰਨੇ, ਸੁਰਤ ਨੂੰ ਵਾਹਿਗੁਰੂ ਦੇ ਵਿੱਚ ਜੋੜ ਕੇ ਰੱਖਣਾ। ਇਸ ਕਰਕੇ ਸੱਚੇ ਪਾਤਸ਼ਾਹ ਅਸੀਂ ਵਾਰ ਵਾਰ ਬਾਣੀ ਦੀ ਵਿਚਾਰ ਵੀ ਕਰਦੇ ਹਾਂ, ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ। ਤਉ ਨ ਦੁਰਮਤ ਮਨ ਤੇ ਹਾਨੀ, ਆਖੋ ਭਾਈ ਵਾਹਿਗੁਰੂ, ਇਹ ਸੱਚੇ ਪਾਤਸ਼ਾਹ ਪਰ ਮਨ ਦੀ ਹਾਲਤ ਕੀ ਹੈ, ਮਨ ਦੀ ਅਵਸਥਾ ਕੀ ਹੈ, ਮਨ ਵਿੱਚੋਂ ਦੁਰਮਤ ਨਹੀਂ ਜਾਂਦੀ,
ਦੁਰਮਤ ਕੀ ਹੈ? ਬੁਰੇ ਖਿਆਲ ਮਨ ਵਿੱਚ ਆਉਣੇ ਬਾਰ ਬਾਰ, ਭੈੜੇ ਭੈੜੇ ਖਿਆਲ ਮਨ ਵਿੱਚ ਆਉਣੇ, ਵਿਕਾਰਾਂ ਦੇ ਖਿਆਲ ਮਨ ਵਿੱਚ ਆਉਣੇ, ਬੁਰਾ ਚਿਤਵਣ ਦੇ ਖਿਆਲ ਆਉਣੇ, ਹਉਮੈ ਹੰਕਾਰ ਦੇ ਖਿਆਲ ਮਨ ਵਿੱਚੋਂ ਆਉਣੇ, ਗੁਰੂ ਤੋਂ ਉਲਟ ਚੱਲਣ ਵਾਲੀਆਂ ਵਿਚਾਰਾਂ ਮਨ ਵਿੱਚ ਬਾਰ ਬਾਰ ਮੁੜ ਮੁੜ ਕੇ ਘੁੰਮੀ ਜਾਣੀਆਂ, ਇਹ ਜਿਹੜੀ ਦੁਰਮਤ ਹੈ ਨਾ, ਖੋਟਾ ਸੁਭਾਅ ਮਨ ਦਾ, ਖੋਟੀ ਸੋਚ ਹੈ, ਖੋਟੇ ਫੁਰਨੇ ਹਨ, ਇਹ ਮਨ ਵਿੱਚੋਂ ਨਾਸ ਨਹੀਂ ਹੁੰਦੇ ਸੱਚੇ ਪਾਤਸ਼ਾਹ, ਇਹ ਮਨ ਦੇ ਸੰਕਲਪ ਨਹੀਂ ਬਦਲਦੇ, ਮਨ ਦੇ ਫੁਰਨੇ ਨਹੀਂ ਬਦਲ ਰਹੇ, ਮਨ ਦਾ ਸੁਭਾਅ ਨਹੀਂ ਮੁੜ ਰਿਹਾ ਚੰਗੇ ਪਾਸੇ ਨੂੰ, ਨਿਰਮਲ ਪਾਸੇ ਨੂੰ, ਪਵਿੱਤਰ ਪਾਸੇ ਨੂੰ, ਮਨ ਉੱਥੇ ਹੀ ਖਲੋਤਾ ਹੈ। ਸਤ ਸੰਗਤ ਜੀ, ਬਾਣੀ ਪੜ੍ਹਦਿਆਂ, ਜਾਪ ਕਰਦਿਆਂ, ਸਿਮਰਨ ਕਰਦਿਆਂ, ਸੇਵਾ ਕਰਦਿਆਂ ਮਨ ਉੱਤੇ ਵੀ ਪਹਿਰਾ ਦੇਣ ਦੀ ਲੋੜ ਹੁੰਦੀ ਹੈ, ਮਨ ਉੱਤੇ ਵੀ ਨਿਗਰਾਨੀ ਰੱਖਣੀ ਕਿ ਮਨ ਵਿੱਚੋਂ ਕਿੰਨੇ ਕੁ ਬੁਰੇ ਸੰਕਲਪ ਗਏ ਹੈ, ਦੂਰ ਹੋਏ ਹੈ, ਮਨ ਕੁਝ ਬਦਲਿਆ ਕਿ ਨਹੀਂ ਬਦਲਿਆ ਅਜੇ ਤੱਕ। ਜੇ ਨਹੀਂ ਬਦਲਿਆ ਫਿਰ ਮਨ ਨੂੰ ਸ਼ੁੱਧ ਕਰਨ ਵਾਸਤੇ ਫਿਰ ਸਾਧਨ ਵੀ ਨਾਲ ਨਾਲ ਉਹ ਕਰਨੇ ਪੈਂਦੇ ਆ ਮਨ ਦੀ ਨਿਰਮਲਤਾ ਵਾਸਤੇ। ਮਲ, ਬਖਸ਼ੇਪ ਔਰ ਅਵਰਨ ਤਿੰਨ ਤਰ੍ਹਾਂ ਦੇ ਦੋਸ਼ ਮੰਨੇ ਆ ਧਾਰਮਿਕ ਗ੍ਰੰਥਾਂ ਵਿੱਚ। ਮਲ ਦੋਸ਼ ਵੀ ਮਨ ਦਾ ਹੈ, ਬਖਸ਼ੇਪਤਾ ਵੀ ਮਨ ਦਾ ਹੀ ਸੁਭਾਅ ਹੈ। ਸਾਧ ਸੰਗਤ ਜੀ, ਮਲ ਦੋਸ਼ ਦੀ ਨਿਸ਼ਾਨੀ ਕੀ ਹੈ ਕਿ ਵਾਹਿਗੁਰੂ ਪਰਮੇਸ਼ਰ ਵੱਲੋਂ ਮਨ ਨੇ ਉੱਕਾ ਹੀ ਮੁੜੇ ਰਹਿਣਾ, ਉੱਧਰ ਨੂੰ ਖਿਆਲ ਵੀ ਨਾ ਮਨ ਵਿੱਚ ਜਾਣਾ, ਪਾਪਾਂ ਦੇ ਬੋਝ ਥੱਲੇ 24 ਘੰਟੇ ਮਨ ਦਾ ਦੱਬੇ ਰਹਿਣਾ, ਇੰਨਾ ਮਨ ਮਲੀਨ ਹੈ, ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਨਾ ਵਾਹਿਗੁਰੂ ਦਾ ਜਸ ਗਾਉਂਦਾ ਨਾ ਹੀ ਸੁਣਦਾ ਹੈ, ਰੱਬ ਤੋਂ ਬੇਮੁੱਖ ਹੈ, ਮਨ ਪਾਪਾਂ ਦੀ ਕੁਸੰਗਤ ਕਰਕੇ ਭਰਿਆ ਪਿਆ ਹੈ, ਐਨ ਕਾਲਾ ਹੋਇਆ ਪਿਆ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਹੋ। ਇਹ ਮਲ ਦੋਸ਼ ਦੀ ਨਿਸ਼ਾਨੀ ਗੁਰਬਾਣੀ ਵਿੱਚ ਦੱਸੀ ਹੈ ਕਿ ਜਿਵੇਂ ਕੋਹਲੂ ਨੂੰ ਸਾਫ਼ ਕਰਨ ਵਾਲੀ ਜਿਹੜੀ ਟਾਕੀ ਲੀਰ ਹੁੰਦੀ ਹੈ ਉਹ ਥਿੰਦੇ ਕਰਕੇ ਇੰਨੀ ਮੈਲ ਵਿੱਚ ਭਰ ਜਾਂਦੀ ਹੈ, 100 ਧੋ ਵੀ ਉਹਨੂੰ ਪਾਈਏ ਤਾਂ ਵੀ ਚਿੱਟੀ ਉੱਡਲ ਸਾਫ਼ ਨਹੀਂ ਹੁੰਦੀ। ਇਸੇ ਤਰ੍ਹਾਂ ਕਹਿੰਦੇ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਮਨ ਉੱਤੇ ਜੰਮ ਚੁੱਕੀ ਹੈ, ਮਨ ਐਨ ਕਾਲਾ ਹੋ ਚੁੱਕਾ, ਇਹ ਕਿਵੇਂ ਸ਼ੁੱਧ ਹੋਵੇ, ਕਿਵੇਂ ਨਿਰਮਲ ਹੋਵੇ? ਫਿਰ ਉਹ ਕਹਿੰਦੇ ਆ ਵੀ ਨਿਸ਼ਕਾਮ ਕਰਮ ਕਰੇ, ਕੋਈ ਕਾਮਨਾ ਨਾ ਮਨ ਵਿੱਚ ਕਰੇ, ਕੋਈ ਫੁਰਨਾ ਨਾ ਰੱਖੇ, ਸੇਵਾ ਕਰੇ, ਜੋੜੇ ਝਾੜੇ, ਬਰਤਨ ਮਾਂਜੇ, ਝਾੜੂ ਦਵੇ, ਲੱਕ ਬੰਨ ਕੇ ਸੇਵਾ ਕਰੇ। ਸੇਵਾ ਕਰਦਿਆਂ ਕਰਦਿਆਂ ਮਨ ਤੋਂ ਜਦੋਂ ਜਦੋਂ ਮੈਲ ਲੱਥਣੀ ਸ਼ੁਰੂ ਹੋ ਜਾਂਦੀ ਹੈ ਫਿਰ ਥੋੜ੍ਹਾ ਥੋੜ੍ਹਾ ਮਨ ਜਿਹੜਾ ਸਾਧ ਸੰਗਤ ਜੀ ਬਾਣੀ ਵੱਲ, ਨਾਮ ਵੱਲ ਜੁੜਨ ਲੱਗ ਪੈਂਦਾ। ਮਲ ਦੋਸ਼ ਦੀ ਜਦੋਂ ਐਨ ਨਿਵਿਰਤੀ ਹੋ ਗਈ ਨਾ ਪੂਰਨ ਰੂਪ ਵਿੱਚ, ਮਨ ਵਿੱਚ ਸ਼ਰਧਾ ਪੈਦਾ ਹੋ ਗਈ, ਪ੍ਰੇਮ ਪੈਦਾ ਹੋ ਗਿਆ, ਭਗਤੀ ਕਰਨ ਦੀ ਖਿੱਚ ਪੈਦਾ ਹੋ ਗਈ, ਫਿਰ ਉਪਾਸ਼ਨਾ, ਫਿਰ ਭਗਤੀ ਕਰੇ,
ਭਗਤੀ ਕਰਦਿਆਂ ਕਰਦਿਆਂ ਜਿਹੜਾ ਅਵਰਨ ਚੰਚਲਤਾ ਨਾ, ਕਈ ਬੰਦਿਆਂ ਦਾ ਸੁਭਾਅ ਇੰਨਾ ਚੰਚਲ ਹੁੰਦਾ ਕਿ ਉਹ ਸਕਿੰਟ ਵੀ ਟਿਕ ਕੇ ਨਹੀਂ ਬੈਠਦੇ। ਇਸ ਕਰਕੇ ਮਨ ਦਾ ਟਿਕਣਾ ਨਾ, ਇਸ ਨੂੰ ਅਵਰਨ ਦੋਸ਼ ਕਿਹਾ ਗਿਆ ਹੈ। ਅਵਰਨ ਦੋਸ਼ ਦੇ ਅੰਦਰ ਸਾਧ ਸੰਗ ਜੀ ਉਦੋਂ ਨਿਵਿਰਤੀ ਹੁੰਦੀ ਹੈ ਜਦੋਂ ਐਨ ਭਗਤੀ ਕਰਦਿਆਂ ਬਾਣੀ ਪੜ੍ਹਦਿਆਂ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਉਚਰੋ ਰਾਮ ਨਾਮ ਲਖ ਬਾਰੀ ਇਹ ਗੱਲ ਕਹਿ ਦਿੰਦੇ ਆ ਜੀ, ਵਾਰ ਵਾਰ ਤੋਤਾ ਰੱਟਣ ਲਾਇਆ ਜਿਹੜਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ। ਭਾਈ ਉਹਨਾਂ ਲੋਕਾਂ ਨੂੰ ਇਹਨਾਂ ਗੂੜੀਆਂ ਵਿਚਾਰਾਂ ਦਾ ਗਿਆਨ ਹੀ ਨਹੀਂ, ਉਹਨਾਂ ਦੇ ਵੱਸ ਦੀ ਗੱਲ ਨਹੀਂ, ਇਹ ਉਹਨਾਂ ਦੀ ਚੰਚਲਤਾ ਉਹਨਾਂ ਕੋਲੋਂ ਇਹ ਗੱਲਾਂ ਅਖਵਾਉਂਦੀ ਹੈ। ਇਸ ਕਰਕੇ ਮਨ ਦਾ ਨਾ ਟਿਕਣਾ, ਇਸ ਲਈ ਉਪਾਸ਼ਨਾ ਕਰਨੀ, ਭਗਤੀ ਕਰਨੀ। ਗੁਰਸਿੱਖ 101 ਜਪਜੀ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ, ਗੁਰਬਾਣੀ ਦੇ ਸਹਿਜ ਪਾਠ ਜਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਾਰਾ ਸਾਰਾ ਦਿਨ ਸਹਿਜ ਪਾਠ ਸੁਣਨਾ, ਅਖੰਡ ਪਾਠ ਸਾਹਿਬ ਸੁਣਨੇ, ਕੀਰਤਨ ਕਥਾ ਸੁਣਨਾ, ਇਹ ਉਪਾਸ਼ਨਾ ਭਗਤੀ ਕਰਨੀ ਹੈ। ਦੋ ਸਾਧਨ ਕੀਤਿਆਂ ਤੋਂ ਬਿਨਾਂ ਸਾਧ ਸੰਗਤ ਜੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਕਦੇ ਵੀ। ਮਲ ਦੋਸ਼ ਦੀ ਨਿਵਿਰਤੀ ਨਿਸ਼ਕਾਮ ਕਰਮਾਂ ਤੋਂ, ਸੇਵਾ ਤੋਂ ਹੋਏਗੀ ਗੁਰੂ ਘਰ ਵਿੱਚ, ਔਰ ਵਿਕਸ਼ੇਪਤਾ ਜਿਹੜੀ ਚੰਚਲਤਾ, ਮਨ ਡੋਲਦਾ, ਮਨ ਟਿਕਦਾ ਨਹੀਂ, ਇਕਾਗਰਤਾ ਵਿੱਚ ਨਹੀਂ ਆਉਂਦਾ, ਇਹ ਭਗਤੀ ਨਾਲ, ਸਿਮਰਨ ਨਾਲ, ਬੰਦਗੀ ਨਾਲ, ਜਾਪ ਨਾਲ ਮਨ ਟਿਕ ਜਾਏਗਾ। ਔਰ ਫਿਰ ਅਗਲਾ ਗਿਆਨ ਕਾਂਡ ਹੈ ਇਹ ਗੁਰੂ ਦੀ ਕਿਰਪਾ ਨਾਲ, ਭਾਵ ਜਦੋਂ ਇਹ ਸਾਧਨ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਗਏ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ, ਫਿਰ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਗੁਰਸਿੱਖ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਕੇ ਉਸ ਨੂੰ ਸੰਪੂਰਨਤਾ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਮਲ ਬਖਸ਼ੇਪ ਔਰ ਅਵਰਨ, ਅਵਰਨ ਦਾ ਅਰਥ ਹੁੰਦਾ ਅਗਿਆਨ ਦਾ ਪਰਦਾ। ਉਹ ਪਰਦਾ ਕਦੋਂ ਚੁੱਕਿਆ ਜਾਂਦਾ, ਕਦੋਂ ਲਹਿੰਦਾ, ਜਦੋਂ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇੱਥੇ ਸੰਤ ਸ਼ਬਦ ਅਰਥ ਗੁਰੂ ਸਾਹਿਬ ਬਾਬਤ ਲੱਗੇਗਾ ਕਿ ਜਦੋਂ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ, ਗਿਆਨ ਦਾ ਸੁਰਮਾ ਵਿਰਾਗ ਵਿਵਾਬ ਵਿਵੇਕ ਦੇ ਨੇਤਰਾਂ ਵਿੱਚ ਪਾ ਦਿੱਤਾ, ਤਾਂ ਅਗਿਆਨ ਦਾ ਪਰਦਾ ਲੱਥ ਗਿਆ ਅਤੇ ਆਪਣਾ ਸ਼ੁੱਧ ਆਤਮ ਸਰੂਪ, ਜਿਹਨੂੰ ਪਰਮੇਸ਼ਰ ਕਿਹਾ ਜਾਂਦਾ, ਰੱਬ ਕਿਹਾ ਜਾਂਦਾ, ਵਾਹਿਗੁਰੂ ਕਿਹਾ ਜਾਂਦਾ, ਅਕਾਲ ਪੁਰਖ ਕਿਹਾ ਜਾਂਦਾ, ਜਿਹਨੂੰ ਸਚਚਿਤ ਆਨੰਦ ਕਿਹਾ ਜਾਂਦਾ, ਜਿਸ ਨੂੰ ਬ੍ਰਹਮ ਕਿਹਾ ਜਾਂਦਾ, ਉਸ ਦੇ ਪ੍ਰਤੱਖ ਦਰਸ਼ਨ ਕਰ ਲੈਂਦਾ, ਕਰ ਹੀ ਨਹੀਂ ਲੈਂਦਾ। ਗੁਰੂ ਉਹਦੇ ਵਿੱਚ ਸਿੱਖ ਨੂੰ ਅਭੇਦ ਕਰ ਦਿੰਦੇ ਆ, ਐਨ ਉਹਨੂੰ ਇਕਮਿਕਤਾ ਦੀ ਦਾਤ ਬਖਸ਼ ਦਿੰਦੇ ਆ। ਇਉਂ ਅਵਰਨ ਅਗਿਆਨ ਗੁਰੂ ਦੀ ਕਿਰਪਾ ਨਾਲ ਨਾਸ ਹੋਏਗਾ। ਸੋ ਸਾਧ ਸੰਗਤ ਜੀ, ਇਹ ਦੋਸ਼ ਬਿਨਾਂ ਸਾਧਨਾ ਤੋਂ ਦੂਰ ਨਹੀਂ ਹੁੰਦੇ। ਇੱਥੇ ਵੀ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਦੁਰਮਤਨੀ ਮਨ ਵਿੱਚੋਂ ਜਾਂਦੀ ਹੈ, ਇਹ ਕਿਆ ਕਾਰਨ ਸਕਹਿ ਨਾ ਜਾਣੀ, ਇਹ ਕੀ ਕਾਰਨ ਅਜੇ ਤੱਕ ਸਾਨੂੰ ਸਮਝ ਨਹੀਂ ਆਈ, ਜਾਣ ਨਹੀਂ ਸਕੇ। ਮਹਾਰਾਜ ਬਾਣੀ ਪੜ੍ਹਦਿਆਂ ਸੁਣਦਿਆਂ ਵਾਰ ਵਾਰ ਮਨ ਵਿੱਚ ਮਾੜੇ ਖਿਆਲ ਆਉਂਦੇ ਆ, ਮਨ ਬੁਰੇ ਖਿਆਲਾਂ ਵੱਲ ਨੂੰ ਦੌੜਦਾ ਹੀ ਰਹਿੰਦਾ, ਟਿਕਦਾ ਹੀ ਨਹੀਂ ਹੈ, ਬੁਰਾ ਹੀ ਚਿਤਵਦਾ ਹੈ।
ਇਸ ਕਾਰਨ ਦੀ ਸਮਝ ਨਹੀਂ ਆਈ ਸੱਚੇ ਪਾਤਸ਼ਾਹ। ਸ਼੍ਰੀ ਮੁਖ ਤੇ ਬੋਲੇ ਭਲ ਭਾਂਤ, ਗੁਰੂ ਅਰਜਨ ਦੇਵ ਜੀ ਨੇ ਆਪਣੇ ਪਾਪ ਨੂੰ ਮੁਖਾਰ ਬਿੰਦ ਤੋਂ ਫਿਰ ਇਹਨਾਂ ਦੇ ਭਲੇ ਵਾਸਤੇ ਸਤਿਗੁਰੂ ਜੀ ਨੇ ਇਹਨਾਂ ਨੂੰ ਸਾਧਨ ਤਰੀਕਾ ਦੱਸਣ ਵਾਸਤੇ ਉਪਦੇਸ਼ ਦਿੱਤਾ। ਉਜਲ ਬਸਤਰ ਰੰਗ ਚੜ ਜਾਤ, ਮਹਾਰਾਜ ਕਹਿੰਦੇ ਜਿਹੜਾ ਭਾਈ ਉਜਲ ਬਸਤਰ ਹੁੰਦਾ ਨਾ ਐਨ ਸਾਫ, ਉਹਨੂੰ ਇੱਕਦਮ ਰੰਗ ਦੇ ਵਿੱਚ ਪਾਓ ਉਹਦੇ ਉੱਤੇ ਰੰਗ ਚੜ ਜਾਂਦਾ ਹੈ। ਲਹਿ ਮਲੀਨ ਕੋ ਰੰਗ ਚੜਤ ਹੈ, ਜਿਹੜਾ ਉਜਲ ਚਿੱਟਾ ਉਹਦੇ ਉੱਤੇ ਰੰਗ ਇੱਕਦਮ ਚੜ ਜਾਂਦਾ, ਪਰ ਜਿਹੜਾ ਮੈਲੇ ਰੰਗ ਦਾ ਬਸਤਰ ਹੈ ਉਸ ਉੱਤੇ ਕਦੇ ਰੰਗ ਨਹੀਂ ਚੜਿਆ ਕਰਦਾ। ਜੇ ਪਖਾਰ ਕਰ ਮੈਲ ਕੱਢਤ ਹੈ, ਪਹਿਲਾਂ ਉਹਨੂੰ ਧੋ ਧੋ ਕੇ ਉਹਦੇ ਵਿੱਚੋਂ ਮੈਲ ਕੱਢਣੀ ਪੈਂਦੀ ਆ। ਪੁਰਾਣੇ ਸਮੇਂ ਬਸਤਰ ਬੁਣਦੇ ਸਨ ਨਾ, ਉਹ ਮਾਵਾ ਜਿਹਾ ਲਾ ਕੇ ਧਾਗਿਆਂ ਨੂੰ, ਬਸਤਰ ਉਸ ਤੋਂ ਬਿਨਾਂ ਬੁਣਿਆ ਨਹੀਂ ਜਾਂਦਾ। ਫਿਰ ਸਾਧ ਸੰਗਤ ਜੀ ਉਹ ਬਸਤਰ ਉਣ ਕੇ ਚੰਗੀ ਤਰ੍ਹਾਂ ਉਸ ਨੂੰ ਗਰਮ ਪਾਣੀ ਵਿੱਚ ਭਿਉਂ ਭਿਉਂ ਕੇ ਥਾਪੀਆਂ ਨਾਲ ਕੁੱਟ ਕੁੱਟ ਕੇ ਉਸ ਮੈਲ ਨੂੰ ਕੱਢਦੇ ਸਨ, ਫਿਰ ਉਹਨੂੰ ਰੰਗ ਵਿੱਚ ਪਾਉਂਦੇ ਸਨ, ਤਾਂ ਉਹਦੇ 'ਤੇ ਰੰਗ ਚੜ੍ਹਦਾ ਸੀ। ਇਸ ਕਰਕੇ ਜਿੰਨਾ ਚਿਰ ਉਹ ਮੈਲਾ ਨਾ, ਉਹਨਾਂ ਚਿਰ ਕਹਿੰਦੇ ਰੰਗ ਨਹੀਂ ਚੜ੍ਹਦਾ ਮੈਲੇ ਦੇ ਉੱਤੇ। ਉਨ ਤਿਸ ਕੋ ਰੰਗ ਚੜ੍ਹਤ ਸੋ ਨੀਕੋ, ਜਦੋਂ ਧੋ ਕੇ ਮੈਲ ਕੱਢ ਦਿੱਤੀ ਫਿਰ ਚੰਗੀ ਤਰ੍ਹਾਂ ਬੜਾ ਸੁੰਦਰ ਜਿਹੜਾ ਮਰਜ਼ੀ ਰੰਗ ਚੜ੍ਹਾ ਲਓ, ਕੇਸਰੀ ਚੜ੍ਹਾ ਲਓ, ਨੀਲਾ ਚੜ੍ਹਾ ਲਓ, ਪੀਲਾ ਚੜ੍ਹਾ ਲਓ, ਸਾਰੇ ਰੰਗ ਹੀ ਉਸ ਉੱਤੇ ਬੜੇ ਗਾੜੇ ਤੇ ਸੁੰਦਰ ਪੱਕੇ ਚੜ੍ਹ ਜਾਂਦੇ ਹਨ। ਸੁਣ ਸਿੱਖ ਪੁੰਨ ਬੂਜਤ ਗੁਰ ਜੀ ਕੋ, ਸਿੱਖਾਂ ਨੇ ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸਵਾਲ ਕੀਤਾ, ਮਨ ਵਿੱਚ ਜੋ ਸ਼ੰਕਾ ਆਈ ਹੈ। ਮਨ ਸੂਖਮ ਕੋ ਧੋਵਹ ਕੈਸੇ, ਮਹਾਰਾਜ ਬਸਤਰ ਤਾਂ ਚਲੋ ਵੇਖਦੇ ਹਾਂ ਸਾਹਮਣੇ ਦੀਂਦਾ, ਪਾਣੀ ਵੀ ਲੈ ਲਿਆ, ਸੋਡਾ ਕਾਸ਼ਟ ਵੀ ਸਰਫ ਵੀ ਲੈ ਲਈ, ਗਰਮ ਪਾਣੀ ਵਿੱਚ ਵੀ ਪਾ ਕੇ ਥਾਪੀਆਂ ਨਾਲ ਕੁੱਟ ਕੇ ਧੋ ਲਿਆ, ਰੰਗ ਵੀ ਉਹਦੇ 'ਤੇ ਵੇਖ ਕੇ ਚੜ੍ਹਾ ਦਿੱਤਾ, ਪਰ ਮਨ ਤਾਂ ਦਿਖਾਈ ਨਹੀਂ ਦਿੰਦਾ। ਮਨ ਤਾਂ ਬੜਾ ਸੂਖਮ ਹੈ, ਮਨ ਕਿਸੇ ਨੇ ਅੱਜ ਤੱਕ ਦੇਖਿਆ? ਉਹ ਤਾਂ ਕੋਈ ਵਿਰਲਾ ਗੁਰਮੁਖ ਹੈ। ਇਸ ਤਨ ਮੈਂ ਮਨ ਕੋ ਗੁਰਮੁਖ ਵੇਖਿਆ, ਕੋਈ ਗੁਰਮੁਖ ਆਤਮਾ ਹੈ ਜਿਹੜੀ ਮਨ ਦੇ ਸਰੂਪ ਨੂੰ ਵੇਖ ਲੈਂਦੀ ਹੈ। ਉਹ ਕਿਵੇਂ ਵੇਖਦੀ ਆ? ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਗਿਆਨ ਅੰਜਨ ਗੁਰਦੀਆ ਦੀ ਕਿਰਪਾ ਨਾਲ ਵੇਖਦਾ ਹੈ। ਇਸ ਕਰਕੇ ਮਹਾਰਾਜ ਸੂਖਮ ਮਨ ਨੂੰ ਕਿਵੇਂ ਧੋਈਏ? ਉਹ ਤਾਂ ਦਿਖਾਈ ਵੀ ਨਹੀਂ ਦਿੰਦਾ, ਉਹਨੂੰ ਧੋਈਏ ਕਿਵੇਂ? ਇਸ ਕਰਕੇ ਆਪ ਕਿਰਪਾ ਕਰਕੇ ਦੱਸਣਾ ਕਰੋ। ਹਮ ਅਨਜਾਨ ਬਤਾਵਹੁ ਤੈਸੇ, ਅਸੀਂ ਅਣਜਾਣ ਹਾਂ, ਸਾਨੂੰ ਸਮਝ ਨਹੀਂ ਹੈ, ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਸ਼੍ਰੀ ਮੁਖ ਤੇ ਕਹਿ ਪ੍ਰਥਮ ਬਤਾਇਓ, ਸਤਿਗੁਰੂ ਜੀ ਨੇ ਧੰਨ ਗੁਰੂ ਅਰਜਨ ਦੇਵ ਜੀ ਨੇ ਉਸ ਵਕਤ ਬਚਨ ਕੀਤਾ, ਕਹਿੰਦੇ ਭਾਈ ਮਨ ਨੂੰ ਧੋਣ ਵਾਸਤੇ ਸਾਡੇ ਤੋਂ ਵੀ ਪਹਿਲਾਂ, ਪ੍ਰਥਮ ਨਾਮ ਹੈ ਸਾਡੇ ਤੋਂ ਵੀ ਪਹਿਲਾਂ, ਬਾਬਾ ਜੀ ਸਾਡੇ ਤੋਂ ਵੀ ਪਹਿਲਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਮਨ ਦਾ ਇਸ਼ਨਾਨ ਕਰਾਉਣ ਦਾ ਵੀ, ਮਨ ਨੂੰ ਧੋਣ ਦਾ ਵੀ ਬੜਾ ਸੁੰਦਰ ਸਾਧਨ ਦੱਸਿਆ ਹੈ। ਸ਼੍ਰੀ ਨਾਨਕ ਜਪ ਪਾਠ ਬਣਾਇਓ, ਧੰਨ ਗੁਰੂ ਨਾਨਕ ਦੇਵ ਜੀ ਨੇ ਜੋ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਉਚਾਰਨ ਕੀਤਾ ਹੈ ਉਸ ਵਿੱਚ ਵੀ ਮਨ ਨੂੰ ਧੋਣ ਦੀ, ਮਨ ਦੀਆਂ ਮੈਲਾਂ ਲਾਉਣ ਦੀ ਯੁਕਤੀ ਦੱਸੀ ਹੈ। ਸ਼੍ਰੀ ਮੁਖ ਵਾਕ ਭਰੀਏ ਹੱਥ ਪੈਰ ਤਨ ਦੇਹ, ਮਹਾਰਾਜ ਕਹਿੰਦੇ ਹੱਥ ਅਤੇ ਪੈਰ, ਤਨ ਸਰੀਰ,
ਦੇ ਸਮੁੱਚਾ ਹੀ ਸਰੀਰ, ਜੇ ਕਰਕੇ ਮੈਲ ਨਾਲ, ਮਿੱਟੀ ਨਾਲ, ਕੱਟੇ ਨਾਲ, ਕਿਸੇ ਵੀ ਤਰ੍ਹਾਂ ਸਾਰਾ ਸਰੀਰ ਮਿੱਟੀ ਕੱਟੇ ਨਾਲ ਭਰ ਜਾਏ, ਜਾਂ ਹੱਥੀ ਲਿਬੜ ਜਾਣ, ਪੈਰ ਹੀ ਲਿਬੜ ਜਾਣ, ਸਾਰੀ ਦੇਹ ਸਰੀਰ ਜਿੰਨਾ ਵੀ ਹੈ ਸਾਰਾ ਹੀ ਲਿਬੜ ਜਾਵੇ। ਪਾਣੀ ਧੋਤਾ ਉਤਰ ਸੁਖੇ, ਪਹਿਲੇ ਨੂੰ ਪਾਣੀ ਨਾਲ ਧੋ ਕੇ ਜਲ ਪਾ ਕੇ ਉਹ ਖੇਹ ਘੱਟਾ ਮਿੱਟੀ ਜੋ ਵੀ ਪਿਆ ਹੈ ਉਹ ਸਾਰਾ ਸਰੀਰ ਤੋਂ ਲਾ ਦੇਈਦਾ ਹੈ, ਧੋਣ ਦੇ ਨਾਲ ਲੱਥ ਜਾਂਦਾ ਹੈ। ਮੂਤ ਪਲੀਤੀ ਕੱਪੜ ਹੋਏ, ਇਸੇ ਤਰ੍ਹਾਂ ਕੱਪੜੇ ਹਨ, ਜੇ ਕਰਕੇ ਕੱਪੜੇ ਅਪਵਿੱਤਰ ਹੋ ਜਾਣ ਕਿਸੇ ਕਾਰਨ ਕਰਕੇ, ਕਿਰਿਆ ਮਲੀਨ ਹੋ ਜੇ ਜਾਂ ਅਪਵਿੱਤਰ ਹੋ ਜਾਣ ਕੱਪੜੇ ਕਿਸੇ ਕਾਰਨ, ਦੇ ਸਾਬੂਣ ਲਈਏ ਉਹ ਧੋਏ, ਤਾਂ ਕਹਿੰਦੇ ਸਰੀਰ ਅਪਵਿੱਤਰ ਹੋਏ ਨੂੰ ਵੀ ਤੇ ਕੱਪੜ ਵਸਤਰ ਨੂੰ ਵੀ। ਕੱਪੜ ਤੋਂ ਦੋ ਭਾਵ ਲੈਣੇ ਆ, ਇੱਕ ਤਾਂ ਪ੍ਰਤੱਖ ਕੱਪੜਾ ਜਿਹੜਾ ਪਹਿਨਦੇ ਹਾਂ ਵਸਤਰ, ਦੂਜਾ ਸਰੀਰ ਰੂਪ ਕੱਪੜਾ ਵੀ। ਜੇ ਕਰਕੇ ਪਲੀਤ ਹੋ ਜਾਏ, ਪਵਿੱਤਰ ਹੋ ਜਾਏ ਮਲੀਨ ਕਿਰਿਆ ਕਰਕੇ, ਤਾਂ ਕਹਿੰਦੇ ਇਹਨੂੰ ਦੇ ਸਾਬੂਣ ਲਈਏ ਉਹ ਧੋਏ, ਉਹਨੂੰ ਫਿਰ ਸਾਬਣ ਅਤੇ ਧੋਏ ਜਲ ਦੋਨੋਂ ਨਾਲ ਲੈ ਕੇ ਉਸ ਨੂੰ ਧੋ ਲਈਦਾ, ਸ਼ੁੱਧ ਕਰ ਲਈਦਾ, ਸਾਫ ਕਰ ਲਈਦਾ। ਕੱਪੜੇ ਦੀ ਵੀ ਮੈਲ ਲਾ ਦਈਦੀ ਹੈ, ਸਾਬਣ ਲਾਓ ਅਤੇ ਜਲ ਲਾਓ। ਇਸੇ ਤਰ੍ਹਾਂ ਸਰੀਰ ਨੂੰ ਵੀ ਸਾਬਣ ਆਦਿਕ ਲਾ ਕੇ ਉੱਤੇ ਧੋਏ ਜਲ ਪਾ ਲਓ, ਤਾਂ ਉਹ ਤਾਂ ਕਰਕੇ ਮਹਾਰਾਜ ਕਹਿੰਦੇ ਉਹ ਸਾਫ਼ ਹੋ ਜਾਂਦੇ ਆ, ਸ਼ੁੱਧ ਹੋ ਜਾਂਦੇ ਆ। ਭਰੀਐ ਮਤ ਪਾਪਾ ਕੈ ਸੰਗ, ਇਸੇ ਤਰ੍ਹਾਂ ਕਹਿੰਦੇ ਮਤ ਮਨ ਪਾਪਾਂ ਦੀ ਕੁਸੰਗਤ ਕਰਕੇ, ਪਾਪਾਂ ਦੀ ਮੈਲ ਨਾਲ ਪੂਰਾ ਭਰ ਗਿਆ ਹੈ, ਪੂਰਾ ਪਾਪਾਂ ਦੀ ਮੈਲ ਕਰਕੇ ਕਾਲਾ ਸਿਆਹ ਹੋ ਗਿਆ, ਐਡੀ ਭੈੜੀ ਮਨ ਦੀ ਹਾਲਤ ਹੋ ਗਈ ਹੈ, ਪਰ ਪਾਪਾਂ ਦੀ ਕੁਸੰਗਤ ਕਰਕੇ ਮੈਲ ਜੰਮੀ ਹੈ ਇਹਦੇ ਉੱਤੇ, ਬਾਰ ਬਾਰ ਜਿਹੜੇ ਪਾਪ ਕੀਤੇ ਆ। ਉਹ ਧੋਪੈ ਨਾਵੈ ਕੈ ਰੰਗ, ਆਖੋ ਭਾਈ ਵਾਹਿਗੁਰੂ, ਮਹਾਰਾਜ ਕਹਿੰਦੇ ਉਹ ਭਾਈ ਧੋਤਾ ਜਾਏਗਾ, ਜ਼ਰੂਰ ਧੋਤਾ ਜਾਏਗਾ, ਜੇ ਨਾਮ ਨਾਲ ਪ੍ਰੇਮ ਕਰੋਗੇ। ਨਾਮ ਨਾਲ, ਨਾਮ ਦਾ ਰੰਗ, ਰੰਗ ਦਾ ਅਰਥ ਇੱਥੇ ਪ੍ਰੇਮ ਹੈ। ਪ੍ਰੇਮ ਨਾਲ ਪਰਮੇਸ਼ਰ ਦਾ ਨਾਮ ਉਚਾਰੋਗੇ ਨਾ, ਜਪੋਗੇ, ਤਾਂ ਫਿਰ ਮਨ ਵੀ ਧੋਤਾ ਜਾਏਗਾ, ਸ਼ੁੱਧ ਹੋ ਜਾਏਗਾ, ਨਿਰਮਲ ਸਾਫ਼, ਬਿਲਕੁਲ ਚਿੱਟਾ ਸਫੇਦ ਸ਼ੁੱਧ ਹੋ ਜਾਂਦਾ। ਸ਼ੁੱਧ ਮਨ ਦੀ ਨਿਸ਼ਾਨੀ ਕੀ ਹੈ? ਉਹਦੇ ਅੰਦਰ ਬੁਰੇ ਖਿਆਲ ਨਹੀਂ ਆਉਂਦੇ, ਮਾੜੇ ਫੁਰਨੇ ਨਹੀਂ ਉੱਠਦੇ। ਜੇਕਰ ਆ ਵੀ ਜਾਵੇ ਕਿਤੇ ਅਚਾਨਕ, ਤਾਂ ਦੂਰ ਹੋ ਜਾਂਦਾ ਮਨ ਵਿੱਚੋਂ ਬਾਣੀ ਦੇ ਅਭਿਆਸ ਨਾਲ। ਇਸ ਕਰਕੇ ਨਾਮ ਨਾਲ ਪ੍ਰੇਮ ਕਰਨ ਕਰਕੇ, ਪ੍ਰੇਮ ਪ੍ਰੇਮਾ ਭਗਤੀ ਦੁਆਰਾ, ਨਾਮ ਦੁਆਰਾ ਮਨ ਦੀਆਂ ਮੈਲਾਂ ਵੀ ਆ ਸਾਰੀਆਂ ਦੂਰ ਹੋ ਜਾਂਦੀਆਂ ਹਨ। ਸੋ ਸਾਧ ਸੰਗਤ ਜੀ, ਪਲੀਤ ਕੀ ਹੋਣਾ, ਜਿਹੜਾ ਬਾਰ ਬਾਰ ਭਿਆਨਕ ਪਾਪ ਕਰਨੇ ਆ ਉਹਨਾਂ ਨਾਲ, ਘਟਾ ਕੀ ਹੈ, ਬਾਰ ਬਾਰ ਕੁਸੰਗਤ ਕਰਕੇ ਮਨ ਵਿੱਚ ਫੁਰਨਿਆਂ ਦਾ, ਭੈੜੇ ਫੁਰਨਿਆਂ ਦਾ ਘਟਾ ਜੰਮ ਗਿਆ। ਜਦੋਂ ਪ੍ਰੇਮ ਰੂਪ ਜਲ ਪਾ ਲਿਆ, ਨਾਮ ਰੂਪ ਸਾਬਣ ਲਾ ਲਿਆ, ਤਾਂ ਦੋਨਾਂ ਦੀ ਦੇਖੋ, ਉੱਧਰ ਸਾਬਣ ਅਤੇ ਪਾਣੀ ਹੈ, ਇੱਧਰ ਨਾਮ ਰੂਪ ਜਲ ਹੈ, ਪ੍ਰੇਮ ਰੂਪ ਜਲ ਹੈ ਅਤੇ ਨਾਮ ਰੂਪ ਸਾਬਣ ਹੈ। ਇਹ ਦੋਨਾਂ ਦੀ, ਪ੍ਰੇਮ ਤੋਂ ਬਿਨਾਂ ਸਾਧ ਸੰਗਤ ਜੀ ਕਦੇ ਗੱਲ ਨਹੀਂ ਬਣਦੀ। ਪ੍ਰੇਮ ਨਾਲ ਬਾਣੀ ਪੜ੍ਹੋ, ਪ੍ਰੇਮ ਨਾਲ ਸਤਸੰਗਤ ਕਰੋ, ਪ੍ਰੇਮ ਨਾਲ ਅਭਿਆਸ ਕਰੋ,
ਤਾਂ ਜ਼ਰੂਰ ਮਨ ਉੱਤੇ ਨਾਮ ਦਾ ਅਸਰ ਪਏਗਾ। ਮਨ 'ਤੇ ਤਾਂ ਪੈਣਾ ਪੈਣਾ, ਤਨ 'ਤੇ ਵੀ ਅਵਸ਼ ਅਸਰ ਕਬੂਲ ਦੀ ਹੈ। ਦੇਹ ਜਿਹੜੀ ਹੈ ਪ੍ਰੇਮ ਬੜੀ ਵੱਡੀ ਦਾਤ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਇਸ ਕਰਕੇ ਭਾਈ ਪ੍ਰੇਮ ਰੂਪ ਜਲ ਲੈ ਕੇ ਨਾਮ ਰੂਪ ਸਾਬਣ ਦੇ ਨਾਲ ਇਸ ਮਨ ਨੂੰ ਜਿਹੜਾ ਵਾਰ ਵਾਰ ਧੋਣਾ ਹੈ, ਤਾਂ ਇਸ ਮਨ ਦੀਆਂ ਸਾਰੀਆਂ ਮਲ ਵਿਕਸ਼ੇਪ ਦੀਆਂ ਮੈਲਾਂ ਦੂਰ ਹੋ ਜਾਣਗੀਆਂ, ਇਹ ਮਨ ਵੀ ਧੋਤਾ ਜਾਏਗਾ। ਜੋ ਪਈ ਤਨ ਅਰ ਬਸਤਰ ਸਥੂਲ ਜੋ ਹੋਏ। ਤਨ ਸਰੀਰ ਅਤੇ ਬਸਤਰੇ ਸਥੂਲ ਹੈ, ਦਿਖਾਈ ਦਿੰਦੇ ਹੈ। ਸਥੂਲ ਜਿਹੜੀ ਵਸਤੂ ਦਿਖਾਈ ਦਿੰਦੀ ਤੁਹਾਡੇ ਸਾਹਮਣੇ ਹੈ, ਇਸ ਕਰਕੇ ਤਨ ਸਰੀਰ ਔਰ ਬਸਤਰ ਇਹ ਸਥੂਲ ਵਸਤੂਆਂ ਹਨ। ਜਲ ਸਾਬਣ ਸੰਗ ਲਈਆ ਧੋਏ। ਔਰ ਇਹ ਭਾਈ ਪਾਣੀ ਅਤੇ ਸਾਬਣ ਨਾਲ ਧੋ ਲਈਦੇ ਐ, ਸਾਫ਼ ਕਰ ਲਈਦੇ ਐ। ਮਤ ਅਰ ਅਗ ਸੂਖਮ ਇਹ ਜਾਨ। ਆ ਦੇਖੋ ਅੱਗੇ ਕਿੰਨਾ ਬਾ ਕਮਾਲ ਮਹਾਰਾ ਬਚਨ ਕਰ ਰਹੇ ਆ। ਕਹਿੰਦੇ ਮਨ ਵੀ ਸੂਖਮ ਹੈ, ਪਾਪ ਵੀ ਸੂਖਮ ਹੈ। ਮਨ ਫੁਰਨੇ ਰੂਪ ਵਿੱਚ ਆ ਕੇ ਮਨ ਦੇ ਵਿੱਚ ਵੜ ਜਾਂਦੇ ਆ, ਫਿਰ ਉਹ ਸਥੂਲ ਦੇਹ ਤੋਂ ਪਾਪ ਕਰਾਉਂਦੇ ਆ ਅੰਦਰੋਂ ਪ੍ਰੇਰ ਪ੍ਰੇਰ ਕੇ। ਫਿਰ ਬੰਦਾ ਇੱਕ ਪਾਪ ਕਰਦਾ, ਦੋ ਕਰਦਾ, ਤੀਜਾ ਕਰਦਾ, ਫਿਰ ਕਰਦਾ ਕਰਦਾ ਪਾਪਾਂ ਵਿੱਚ ਹੀ ਡੁੱਬ ਜਾਂਦਾ। ਵਾਲਮੀਕ ਜੀ ਸਾਧ ਸੰਗਤ ਜੀ ਰੋਜ਼ਾਨਾ ਜੈਸੀ ਸਿੱਖਿਆ ਮਾਂ ਤੋਂ ਮਿਲ ਗਈ ਬਾਲ ਅਵਸਥਾ ਵਿੱਚ, ਰਸਤੇ ਵਿੱਚ ਖੜ ਜਾਂਦੇ, ਯਾਤਰੀਆਂ ਨੂੰ ਪਾਂਧੀਆਂ ਨੂੰ ਲੁੱਟ ਲਿਆ ਕਰਦੇ। ਇੱਕ ਦਿਨ ਕੀ ਹੋਇਆ, ਗੇਰੂਏ ਰੰਗ ਦੇ ਬਸਤਰ ਪਾਏ ਕਿਸੇ ਸਾਧੂ ਨੇ, ਉਹਦੀ ਜੇਬ ਵਿੱਚ ਦੋ ਚਾਰ ਕੌਡੀਆਂ ਸਨ, ਕੋਲੇ ਧਨ ਹੈ ਨਹੀਂ ਸੀ। ਉਹ ਮਹਾਤਮਾ ਕਿਸੇ ਤੀਰਥ ਯਾਤਰਾ ਨੂੰ ਤੁਰਿਆ ਜਾ ਰਿਹਾ ਸੀ, ਵਾਲਮੀਕ ਜੀ ਨੇ ਘੇਰ ਲਿਆ। ਘੇਰ ਕੇ ਕਹਿਣ ਲੱਗੇ ਬਸਤਰ ਉਤਾਰ। ਕਹਿਣ ਲੱਗੇ ਭਾਈ ਸਾਡੇ ਕੋਲੇ ਕੀ ਹੈ, ਦੋ ਕੌਡੀਆਂ ਹੀ ਹੈ, ਹੋਰ ਤਾਂ ਕੁਛ ਨਹੀਂ। ਬਸਤਰ ਉਤਾਰ ਕੇ ਰਖਾ ਲਏ। ਬਾਅਦ ਵਿੱਚ ਮਨ ਵਿੱਚ ਖਿਆਲ ਆਇਆ ਕਿ ਜੇ ਇਹ ਇੱਥੋਂ ਜਿਉਂਦਾ ਬਚ ਕੇ ਚਲਿਆ ਗਿਆ, ਕਿਸੇ ਨੂੰ ਪੁਲਿਸ ਨੂੰ ਹਾਕਮ ਨੂੰ ਸਮੇਂ ਦੇ ਰਾਜੇ ਨੂੰ ਮੇਰੀ ਸ਼ਿਕਾਇਤ ਨਾ ਕਰ ਦੇਵੇ, ਮੈਨੂੰ ਪਛਾਣ ਲਿਆ, ਸਾਧੂ ਨੂੰ ਜਿਉਂਦੇ ਨੂੰ ਮਾਰ ਦਿੱਤਾ। ਪਰ ਉਹ ਜਦੋਂ ਮਾਰਿਆ ਨਾ, ਮਾਰਨ ਤੋਂ ਬਾਅਦ ਮਨ ਉੱਤੇ ਬੜਾ ਬੁਰਾ ਪ੍ਰਭਾਵ ਪਿਆ। ਜਦੋਂ ਤਲਾਸ਼ੀ ਕੀਤੀ ਦੋ ਚਾਰ ਕੌਡੀਆਂ ਨਿਕਲੀਆਂ। ਪੁਰਾਣੇ ਸਮਿਆਂ ਵਿੱਚ ਜਦੋਂ ਪੈਸੇ ਨਹੀਂ ਅਜੇ ਚੱਲਣੇ ਸ਼ੁਰੂ ਹੋਏ ਸਨ, ਉਦੋਂ ਕੌਡੀਆਂ ਚੱਲਿਆ ਕਰਦੀਆਂ ਸਨ। ਸਾਧ ਸੰਗਤ ਜੀ ਪਹਿਲਾਂ ਕੌਡੀਆਂ, ਫਿਰ ਦਮੜੀਆਂ, ਫਿਰ ਪੈਸੇ, ਇਉਂ ਫਿਰ ਧਨ ਦੀ ਅੱਗੇ ਤੋਂ ਅੱਗੇ ਵੰਡ ਹੁੰਦੀ ਰਹੀ। ਉਹ ਗੇਰੂਏ ਰੰਗ ਦੇ ਬਸਤਰ ਲੈ ਕੇ ਅਤੇ ਕੌਡੀਆਂ ਲੈ ਕੇ ਤੁਰੇ ਆਉਂਦੇ ਆ। ਮਨ ਉਦਾਸ, ਬਹੁਤ ਜ਼ਿਆਦਾ ਉਦਾਸ ਹੈ। ਬਸਤਰ ਅਤੇ ਕੌਡੀਆਂ ਰੱਖ ਕੇ ਨਾ ਘਰ ਵਿੱਚ ਮੰਜੇ ਦੇ ਉੱਤੇ ਪਰਨਾ ਲੈ ਕੇ ਸਾਧ ਸੰਗਤ ਜੀ ਉਦਾਸੀ ਦੀ ਹਾਲਤ ਦੇ ਵਿੱਚ ਲੇਟ ਗਏ। ਮਾਂ ਆਈ, ਮਾਂ ਪੁੱਛਦੀ ਹੈ ਪੁੱਤਰ ਕੀ ਗੱਲ, ਇੰਨਾ ਉਦਾਸ ਕਿਉਂ ਹੈ, ਇੰਨਾ ਦਲਗੀਰ ਕਿਉਂ ਹੈ, ਕੀ ਦੁੱਖ ਹੋਇਆ। ਮਾਵਾਂ ਦਾ ਸੁਭਾਅ ਹੀ ਹੁੰਦਾ ਪੁੱਤਰ ਦਾ ਦੁੱਖ ਨਹੀਂ ਬਰਦਾਸ਼ਤ ਕਰ ਸਕਦੀਆਂ। ਕਹਿਣ ਲੱਗਾ ਮਾਂ ਅੱਜ ਜ਼ਿੰਦਗੀ 'ਚ ਬਹੁਤ ਵੱਡਾ ਗੁਨਾਹ ਹੋ ਗਿਆ। ਅੱਗੇ ਚਲੋ ਲੋਕਾਂ ਨੂੰ ਲੁੱਟੀ ਦਾ ਸੀ, ਮਾਰੀ ਦਾ ਸੀ,
ਤਾਂ ਕੁਝ ਨਾ ਕੁਝ ਧਨ, ਕੋਈ ਅਮੋਲਕ ਵਸਤੂਆਂ, ਕੀਮਤੀ ਵਸਤੂਆਂ ਮਿਲ ਜਾਂਦੀਆਂ ਸਨ। ਪਰ ਅੱਜ ਬੰਦਾ ਮਾਰਿਆ, ਉਹ ਵੀ ਸਾਧੂ ਸੀ, ਉਹਦੇ ਕੋਲੋਂ 2-4 ਕੌਡੀਆਂ ਮਿਲੀਆਂ, ਕੇਵਲ ਆ ਗੇਰੂਏ ਰੰਗ ਦੇ ਵਸਤਰ ਸਨ ਖੱਦਰ ਦੇ, ਇਹ ਮਿਲਿਆ ਇਸ ਕਰਕੇ ਮੇਰਾ ਮਨ ਦਲਗੀਰ ਹੋ ਗਿਆ, ਮਨਾ 4 ਕੌਡੀਆਂ ਬਦਲੇ ਇੱਕ ਮਹਾਤਮਾ ਨੂੰ ਤੂੰ ਮਾਰ ਦਿੱਤਾ, ਕਿੰਨਾ ਗੁਨਾਹ ਕਰਤਾ, ਕੱਖ ਨਹੀਂ ਤੈਨੂੰ ਮਿਲਿਆ, ਕਿੱਡੀ ਵੱਡੀ ਜ਼ਿੰਦਗੀ ਤਬਾਹ ਕਰ ਦਿੱਤੀ। ਕਹਿਣ ਲੱਗੀ, ਪੁੱਤਰ ਤੂੰ ਚਿੰਤਾ ਨਾ ਕਰ, ਇਹਦਾ ਮੈਂ ਹੱਲ ਕੱਢਦੀ। ਕੌਡੀਆਂ ਲੈ ਕੇ ਚਲੀ ਗਈ ਬਾਜ਼ਾਰ ਵਿੱਚ, ਉੱਥੋਂ ਲਿਜਾ ਕੇ ਬਾਜ਼ਾਰ ਵਿੱਚ ਜਾ ਕੇ ਸਾਧ ਸਿੰਘ ਜੀ, ਇੱਕ ਕੌਡੀ ਦੀਆਂ ਛੋਟੇ ਛੋਟੇ ਮਰੀਆਂ ਮੱਛੀਆਂ ਦੇ ਪੂੰਗ ਸਨ ਬਹੁਤ ਗਿਣਤੀ ਦੇ ਵਿੱਚ, ਉਹ 10-15 ਪੂੰਗ ਮੱਛੀਆਂ ਦੇ ਲੈ ਆਈ। ਲਿਆ ਕੇ ਕਹਿਣ ਲੱਗੀ, ਬਾਲਮੀਕ ਉੱਠ, ਤੂੰ ਇੱਕ ਮਾਰਿਆ ਨਾ, 4 ਕੌਡੀਆਂ ਫਿਰ ਵੀ ਮਿਲੀਆਂ। ਆ ਜਿਹੜੇ ਬੰਦੇ ਨੇ ਇੱਕ ਕੌਡੀ ਬਦਲੇ 15 ਮੱਛੀਆਂ ਮਾਰ ਦਿੱਤੀਆਂ, ਉਹਨੂੰ ਕਿੰਨਾ ਪਾਪ ਲੱਗਿਆ ਹੋਏਗਾ। ਉਹਨੇ ਤਾਂ 15-20 ਮੱਛੀਆਂ ਮਾਰ ਦਿੱਤੀਆਂ ਇੱਕ ਕੌਡੀ ਬਦਲੇ, ਤੈਨੂੰ ਤਾਂ 4 ਮਿਲੀਆਂ, ਫਿਰ ਕੀ ਹੋ ਗਿਆ? ਇਸ ਕਰਕੇ ਐਵੇਂ ਨਹੀਂ ਦਲਗੀਰ ਹੋਈਦਾ। ਆ ਵਸਤਰ ਭਗਵੇਂ ਆ, ਇਹ ਵੀ ਮੇਰੇ ਕੰਮ ਆ ਜਾਣੇ, ਮੈਂ ਹੋਰ ਰੰਗ ਇਹਨੂੰ ਹੋਰ ਦੇ ਕੇ ਆਪਣੇ ਤਨ ਦੇ ਵਸਤਰ ਬਣਾ ਲਾਂਗੀ। ਇਸ ਕਰਕੇ ਤੂੰ ਕੋਈ ਗਲਤ ਕੰਮ ਨਹੀਂ ਕਰਕੇ ਆਇਆ, ਤੂੰ ਤਾਂ ਉਸ ਪਾਪੀ ਨਾਲੋਂ ਫਿਰ ਵੀ ਚੰਗਾ ਜਿਹਨੇ 15-20 ਮੱਛੀਆਂ ਮਾਰ ਦਿੱਤੀਆਂ ਇੱਕ ਕੌਡੀ ਬਦਲੇ। ਤੂੰ ਤਾਂ ਇੱਕੋ ਹੀ ਜਾਨ ਲਈ ਆ, ਉਹਨੇ 20-25 ਦੀ ਲੈ ਲਈ। ਬਾਲਮੀਕ ਜੀ ਉੱਠ ਕੇ ਬੈਠ ਗਏ। ਸੋ ਸਾਧ ਸਿੰਘ ਜੀ ਫਿਰ ਉੱਧਰ ਨੂੰ ਹੀ ਪ੍ਰਵਿਰਤ ਹੋ ਗਿਆ, ਮਨ ਸਿੱਖਿਆ ਗਲਤ ਦੇ ਦਿੱਤੀ ਨਾ। ਕਬੀਰ ਸਾਹਿਬ ਜੀ ਨੇ ਵੀ ਕਿਹਾ ਨਾ ਗੁਰਬਾਣੀ ਦੇ ਵਿੱਚ, ਕਬੀਰ ਬੈਸਨੋ ਕੀ ਕੂਕਰ ਭਲੀ, ਸਾਖਤ ਕੀ ਬੁਰੀ ਮਾਏ, ਉਹ ਨਿਤ ਸੁਣੈ ਹਰਨਾਮ ਜਾ ਸੋ ਪਾਪ ਸਾਹਨ ਜਾਏ। ਪਾਪੀ ਮਨੁੱਖ ਦੀ ਤਾਂ ਮਾਂ ਵੀ ਮਾੜੀ ਹੈ। ਗੁਰੂ ਘਰ ਵਿੱਚ ਧਾਰਮਿਕ ਸਥਾਨ ਤੇ ਸਾਧੂਆਂ ਦੇ ਡੇਰੇ ਤੇ ਰਹਿਣ ਵਾਲੀ ਕੁੱਕਰੀ ਵੀ ਚੰਗੀ ਹੈ, ਜਿਹੜੀ ਜਦੋਂ ਉਹ ਰੱਬ ਦਾ ਨਾਂ ਲੈਂਦੇ ਆ, ਘੱਟੋ ਘੱਟ ਉਹਦੇ ਕੰਨਾਂ ਵਿੱਚ ਨਾਮ ਤਾਂ ਪੈਂਦਾ ਨਾ ਪਰਮੇਸ਼ਰ ਦਾ। ਪਰ ਕਹਿੰਦੇ ਪਾਪੀ ਦੀ ਮਾਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਪਾਂ ਦਾ ਹੀ ਵਪਾਰ ਕਰਨ ਤੁਰੀ ਰਹਿੰਦੀ ਹੈ ਤੇ ਕਰਾਉਂਦੀ ਰਹਿੰਦੀ ਹੈ। ਸਾਖਤ ਕੀ ਬੁਰੀ ਮਾਂ, ਸਾਖਤ ਦੀ ਮਾਂ ਤਾਂ ਸਭ ਤੋਂ ਮਾੜੀ ਹੈ। ਇਸ ਕਰਕੇ ਸਾਧ ਸਿੰਘ ਜੀ ਵਿਚਾਰ ਚੱਲ ਰਹੀ ਸੀ ਕਿ ਮਨ ਜਿਹੜਾ ਹੈ ਉਹ ਸੰਗਤ ਕਰਕੇ, ਭਾਵ ਮਨ ਵਿੱਚ ਪਹਿਲਾਂ ਫੁਰਨੇ ਰੂਪ ਵਿੱਚ ਪਾਪ ਆਉਂਦੇ ਹੈ, ਫਿਰ ਇਹ ਫੁਰਨੇ ਰੂਪ ਦੇ ਵਿੱਚ ਆਉਂਦਿਆਂ ਫਿਰ ਦੇਹ ਤੋਂ ਬੰਦਾ ਇਹੀ ਮਨ ਅੱਗੇ ਤੋਂ ਅੱਗੇ ਵੱਡੇ ਵੱਡੇ ਪਾਪ ਕਰਾਉਂਦਾ, ਫਿਰ ਇਹ ਮਨੁੱਖ ਪਾਪੀ ਬਣ ਜਾਂਦਾ। ਇਸ ਕਰਕੇ ਪਾਪ ਸੂਖਮ ਰੂਪ ਦੇ ਵਿੱਚ ਫੁਰਨਾ ਰੂਪ ਧਾਰ ਕੇ, ਸੰਕਲਪ ਰੂਪ ਧਾਰ ਕੇ ਮਨ ਵਿੱਚ ਪ੍ਰਵੇਸ਼ ਹੁੰਦਾ। ਅਤੇ ਫਿਰ ਸਾਧ ਸਿੰਘ ਜੀ ਉਹ ਜਾ ਕੇ ਬਦੀ ਵਾਲੇ ਪਾਸੇ ਬੰਦੇ ਨੂੰ ਤੋਰ ਦਿੰਦਾ, ਲਾ ਦਿੰਦਾ, ਫਿਰ ਬੰਦਾ ਪਾਪਾਂ ਵਿੱਚ ਹੀ ਪ੍ਰਵਿਰਤ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਮਨ ਵੀ ਸੂਖਮ ਹੈ, ਪਾਪ ਵੀ ਸੂਖਮ ਹੈ। ਮਨ ਵੀ ਦਿਖਾਈ ਨਹੀਂ ਦਿੰਦਾ ਅਤੇ ਫੁਰਨੇ ਵੀ ਦਿਖਾਈ ਨਹੀਂ ਦਿੰਦੇ। ਫੁਰਨਾ ਤਾਂ
ਕੁਸੰਗਤ ਵਿੱਚੋਂ ਹੀ ਪੈਦਾ ਹੁੰਦਾ ਨਾ, ਜਿਹੋ ਜਿਹੀ ਕੁਸੰਗਤ ਮਿਲ ਗਈ ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਪਾਏ। ਪੰਛੀ ਵਾਂਗੂ ਉੱਡ ਉੱਡ ਕੇ, ਜਿਵੇਂ ਪੰਛੀ ਵੱਖ ਵੱਖ ਬਿਰਛਾਂ ਤੇ ਵੱਖ ਵੱਖ ਫੁੱਲਾਂ ਦੇ, ਫੁੱਲਾਂ ਤੋਂ ਬਾਅਦ ਫਲ ਖਾਂਦਾ, ਔਰ ਇਸੇ ਤਰ੍ਹਾਂ ਮਨ ਹੈ, ਮਨ ਵੀ ਪੰਛੀ ਦੀ ਨਿਆਈ ਹੈ, ਕਦੇ ਕੁਸੰਗਤ ਵਿੱਚ ਚਲਿਆ ਗਿਆ, ਕਦੇ ਕਾਮੀਆਂ ਦੀ ਕੁਸੰਗਤ ਵਿੱਚ, ਕਦੇ ਕ੍ਰੋਧੀਆਂ ਦੀ, ਕਦੇ ਲੋਭ ਵਾਲਿਆਂ ਦੀ, ਕਦੇ ਮੋਹ ਵਾਲਿਆਂ ਦੀ, ਕਦੇ ਹੰਕਾਰ ਵਾਲਿਆਂ ਦੀ, ਉੱਥੋਂ ਫਿਰ ਔਗਣਾਂ ਦਾ ਚੋਗਾ ਚੁਗੀ ਜਾਂਦਾ। ਜਿਹੋ ਜਿਹੀ ਸੰਗਤ ਮਿਲ ਗਈ ਉਹੋ ਜਿਹਾ ਫਲ ਖਾਈ ਜਾਂਦਾ। ਇਸ ਕਰਕੇ ਭਾਈ ਮਨ ਵੀ ਔਰ ਪਾਪ ਵੀ ਇਹ ਸੂਖਮ ਹੈ, ਫੁਰਨੇ ਰੂਪ ਵਿੱਚ ਆ ਕੇ ਅੰਦਰ ਪ੍ਰਵੇਸ਼ ਕਰ ਜਾਂਦੇ ਹੈ, ਦਿਖਾਈ ਨਹੀਂ ਦਿੰਦੇ ਹਨ। ਜਲ ਸਾਬਣ ਸੰਗ ਲਈਐ ਧੋਏ, ਮਤ ਅਰ ਅਗ ਸੂਖਮ ਇਹ ਜਾਣ। ਇਹ ਪਾਪ ਵੀ ਅਤੇ ਮਨ ਵੀ ਇਹ ਸੂਖਮ ਜਾਣ ਲਓ ਹਨ, ਜ਼ਰੂਰ ਦਿਖਾਈ ਨਹੀਂ ਦਿੰਦੇ। ਮਨ ਦਿਖਾਈ ਨਹੀਂ ਅੱਜ ਤੱਕ ਕਿਸੇ ਨੂੰ ਦਿੱਤਾ, ਫੁਰਨੇ ਵੀ ਨਹੀਂ ਦਿਖਾਈ ਦਿੰਦੇ, ਹੁੰਦਾ ਸਭ ਕੁਝ ਹੈ। ਕਿਸੇ ਨੂੰ ਫਿੱਕਾ ਸ਼ਬਦ ਕਹਿ ਕੇ ਦੇਖ ਲਓ, ਚੱਕ ਕੇ ਇੱਟ ਮਾਰਦਾ ਸਿਰ ਵਿੱਚ, ਪਰ ਦਿਸਿਆ ਤਾਂ ਕੁਛ ਨਹੀਂ ਨਾ, ਸ਼ਬਦ ਹੀ ਕੰਨਾਂ ਵਿੱਚ ਪਏ ਹੈ ਨਾ, ਇੰਨਾ ਵੱਡਾ ਅਸਰ ਚੱਲਿਆ ਗਿਆ। ਦੂਜੇ ਪਾਸੇ ਕਿਸੇ ਨੂੰ ਸਤਿਕਾਰ ਦੇ, ਮਿਠਾਸ ਦੇ ਬੋਲ ਬੋਲ ਦਿਓ, ਅਗਲੇ ਨੂੰ ਬੰਦਾ ਮੁੱਲ ਖਰੀਦ ਲੈਂਦਾ, ਉਹ ਤੁਹਾਡੇ ਅੱਗੇ ਝੁੱਕ ਜਾਂਦਾ। ਸੋ ਭਾਈ ਇਹ ਜਿਹੜੇ ਹੈ ਸੰਕਲਪ ਵੀ ਦਿਖਾਈ ਨਹੀਂ ਦਿੰਦੇ, ਫੁਰਨੇ ਵੀ ਦਿਖਾਈ ਨਹੀਂ ਦਿੰਦੇ। ਇਸ ਕਰਕੇ ਸੁਖ ਮਨ, ਮਨ ਵੀ ਅਤੇ ਪਾਪ ਵੀ ਜਿਹੜੇ ਹੈ, ਮਨ ਕੋ ਕਰਹਿ ਮਲੀਨ ਮਹਾਨ, ਸਾਰੇ ਮਨ ਨੂੰ ਪਾਪ ਬੜਾ ਮਲੀਨ ਮੈਲਾ ਕਰ ਦਿੰਦੇ ਹੈ। ਸਤਨਾਮ ਭੀ ਸੂਖਮ ਹੈ, ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਵੀ ਸੂਖਮ ਹੈ ਭਾਈ, ਕਿਉਂਕਿ ਰਸਨਾ ਦੁਆਰਾ ਜਪਣਾ, ਉਸ ਤੋਂ ਬਾਅਦ ਤਾਂ ਸੂਖ ਮਨ ਵਿੱਚ ਹੀ ਲੈ ਜਾਣਾ ਨਾ ਵਾਹਿਗੁਰੂ ਨਾਮ ਨੇ। ਇਸ ਕਰਕੇ ਨਾਮ ਵੀ ਪ੍ਰਭੂ ਦਾ, ਪਰਮੇਸ਼ਰ ਵੀ ਜੋ ਸੂਖਮ ਤੋਂ ਸੂਖਮ ਹੈ, ਨਾਮ ਵੀ ਉਹਦਾ ਸੂਖਮ ਹੈ। ਸਿਮਰਨ ਤੇ ਸਗਰੀ ਸਗਲੀ ਮਲ ਲਹਿ, ਸਿਮਰਨ ਤੇ ਸਗਰੀ ਮਲ ਲਹਿ, ਪਰਮੇਸ਼ਰ ਦਾ ਜਿਹੜਾ ਕੋਈ ਪ੍ਰੇਮ ਨਾਲ ਨਾਮ ਜਪਦਾ, ਨਾਮ ਜਪਣ ਨਾਲ ਭਾਈ ਮਨ ਦੀਆਂ ਸਾਰੀਆਂ ਮੈਲਾਂ ਲਹਿ ਜਾਂਦੀਆਂ, ਆਖੋ ਭਾਈ ਵਾਹਿਗੁਰੂ, ਉਹ ਮਨ ਸ਼ੁੱਧ ਹੋ ਜਾਂਦਾ ਹੈ, ਨਾਮ ਨਾਲ ਮੈਲ ਲੈ ਜਾਂਦੀ ਹੈ। ਪ੍ਰਭ ਮੈਂ ਪ੍ਰੇਮ ਰੰਗ ਚੜ ਜਾਏ, ਸਾਧ ਸੰਗਤ ਜੀ ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਸੇਵਾ ਕਰਦਿਆਂ ਵੈਰਾਗ ਆਉਣ ਲੱਗ ਜਾਏ ਨਾ, ਤਾਂ ਸਮਝ ਲਓ ਕਿ ਗੁਰੂ ਨਾਲ ਪ੍ਰੇਮ ਪੈ ਗਿਆ, ਪਰਮੇਸ਼ਰ ਨਾਲ ਪ੍ਰੇਮ ਪੈ ਗਿਆ, ਨਾਮ ਨਾਲ ਪ੍ਰੇਮ ਪੈ ਗਿਆ। ਇਹ ਆਏਗਾ ਜ਼ਰੂਰ, ਪਰ ਚੁੱਪ ਕਰਕੇ ਬੈਠਿਆਂ ਨਹੀਂ ਆਏਗਾ, ਸਾਧਨ ਕਰਨਾ ਪਏਗਾ। ਸਭ ਜਪ, ਸਭ ਤਪ, ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਗੁਰਮੁਖਾਂ ਤੇ ਜਦੋਂ ਪ੍ਰੇਮ ਦਾ ਰੰਗ ਚੜ ਜਾਂਦਾ ਨਾ, ਫਿਰ ਉਹ ਪਰਮੇਸ਼ਰ ਦੀ ਤਰਫ ਜੁੜ ਜਾਂਦੇ ਆ। ਪ੍ਰਭ ਮੈਂ ਪ੍ਰੇਮ ਰੰਗ ਜਪ ਚੜ ਜਾਏ, ਪਰਮੇਸ਼ਰ ਦੇ ਵਿੱਚ ਫਿਰ ਪ੍ਰੇਮ ਦਾ ਰੰਗ, ਗੁਰਮੁਖਾਂ ਦੇ ਹਿਰਦੇ ਵਿੱਚ ਇਉਂ ਕਹਿ ਲਓ, ਪਰਮੇਸ਼ਰ ਦਾ ਪ੍ਰੇਮ ਦਾ ਰੰਗ ਚੜ ਜਾਂਦਾ, ਵਾਹਿਗੁਰੂ ਦੀ ਤਰਫ ਮਨ ਲੱਗ ਜਾਂਦਾ ਹੈ। ਇੱਕ ਰੂਪ ਹੋਏ ਬਹੁਰ ਮਿਲਾਏ, ਫਿਰ ਨਾਮ ਤੇ ਪਰਮੇਸ਼ਰ ਇੱਕ ਰੂਪ ਹੈ, ਤੇ ਇਸ ਜੀਵ ਨੂੰ ਰੱਬ ਵਿੱਚ ਨਾਮ ਮਿਲਾ ਦਿੰਦਾ, ਮੇਲ ਦਿੰਦਾ, ਜੋੜ ਦਿੰਦਾ ਹੈ,
ਇਕਮਿਕ ਕਰ ਦਿੰਦਾ ਹੈ। ਸ਼ਰਧਾ ਅਰ ਧੀਰਜ ਉਰ ਧਰੋ। ਦੂਜੀ ਗੱਲ ਮਹਾਰਾਜ ਕਹਿੰਦੇ ਸ਼ਰਧਾ ਧਾਰਨ ਕਰੋ। ਅੱਜ ਤਾਂ ਤੁਹਾਡੀ ਸ਼ਰਧਾ ਤੋੜੀ ਜਾਂਦੀ ਹੈ, ਵੀ ਤੋੜ ਦਿਓ ਸਿੱਖਾਂ ਦੀ ਸ਼ਰਧਾ। ਕੋਈ ਮੱਥਾ ਟੇਕਣ ਵਾਲਾ ਵੀ ਨਾ ਰਹਿ ਜਾਏ ਗੁਰੂ ਘਰ ਲਈ, ਸੇਵਾ ਕਰਨ ਵਾਲਾ ਵੀ ਨਾ ਕੋਈ ਰਹਿ ਜਾਏ। ਸ਼ਰਧਾ ਤੋੜਨ ਉੱਤੇ ਹੀ ਲੱਗੇ ਹੋਏ ਆ ਕੁਝ ਲੋਕ, ਪਰ ਗੁਰੂ ਸਾਹਿਬ ਕਹਿੰਦੇ ਸ਼ਰਧਾ ਔਰ ਧੀਰਜ, ਛੇਤੀ ਕਾਹਲੇ ਨਹੀਂ ਪੈਣਾ, ਗੁਰੂ ਉੱਤੇ ਭਰੋਸਾ ਰੱਖਣਾ। ਥੋੜ੍ਹਾ ਜਿਹਾ ਸੇਵਾ ਜਾਪ ਸੰਗਤ ਕਰਕੇ ਕਹਿੰਦਾ ਕੁਛ ਨਹੀਂ ਮਿਲਿਆ, ਮੈਂ ਤਾਂ ਦੂਜੇ ਬੰਨੇ ਚੱਲਿਆ, ਕਾਹਦਾ ਧੀਰਜ ਹੈ। ਹੌਲਾਪਣ ਹੈ ਮਨ ਦਾ, ਜੀਵਨ ਦਾ ਵੀ। ਉਹ ਗੁਰਸਿੱਖ ਧੰਨ ਸਨ ਜਿਨ੍ਹਾਂ ਦੇ ਸਿਰਾਂ 'ਤੇ ਆਰੇ ਵੀ ਚੱਲੇ, ਖੋਪਰੀਆਂ ਵੀ ਲਹਿ ਗਈਆਂ, ਪਰ ਉਹਨਾਂ ਦਾ ਧੀਰਜ ਨਹੀਂ ਡੋਲਿਆ, ਅਡੋਲ ਅਵਸਥਾ ਵਿੱਚ ਰਹੇ। ਧੀਰਜ ਐਸਾ ਬਣ ਜਾਏ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਹਮੇਸ਼ਾ। ਔਰ ਸ਼ਰਧਾ ਵੀ, ਪਾਵੋ ਹੀ ਵਿਦ ਤੇ ਦੇਵਾ। ਕਹਿੰਦੇ ਇਹ ਜਗਿਆਸੂ ਭਗਤ, ਭਾਵਨਾ ਹੀ ਤੇਰਾ ਸਭ ਤੋਂ ਵੱਡਾ ਦੇਵਤਾ ਤੇਰਾ ਇਸ਼ਟ ਹੈ, ਜਿਹੜਾ ਤੈਨੂੰ ਰੱਬ ਨਾਲ ਮਿਲਾ ਸਕਦਾ, ਵਾਹਿਗੁਰੂ ਨਾਲ ਮਿਲਾ ਸਕਦਾ। ਇਸ ਕਰਕੇ ਸ਼ਰਧਾ ਔਰ ਧੀਰਜ ਦੋਨੋਂ ਰੱਖਣੀਆਂ ਹਨ ਮਨ ਵਿੱਚ। ਗੁਰਬਾਣੀ ਪਾਠ ਸੁਣ ਗੁਣ ਧਰੋ। ਸ਼ਰਧਾ ਦੀ ਨਿਸ਼ਾਨੀ ਕੀ ਹੈ? ਗੁਰੂ ਸਾਹਿਬ ਨੇ ਕਿਹਾ ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਸੁਣਿਆ ਕਰੋ। ਸ਼ਰਧਾ ਦੇ ਬੜੇ ਸੁੰਦਰ ਅਰਥ ਕੀਤੇ ਹੈ। ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਣਾ, ਇਹੀ ਸ਼ਰਧਾ ਹੈ। ਬਸ ਗੁਰੂ ਕੇ ਹੁਕਮਾਂ ਨੂੰ ਸਤ ਕਰਕੇ ਮੰਨ ਲੈਣਾ, ਇਹ ਸਭ ਤੋਂ ਵੱਡੀ ਸ਼ਰਧਾ ਹੈ। ਇਸ ਕਰਕੇ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਸੁਣਨੀ ਹੈ, ਔਰ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਹੈ। ਸਿਮਰੋ ਨਾਮ ਪਾਪ ਮਲ ਜਾਏ। ਫਿਰ ਕਹਿੰਦੇ ਨਾਮ ਦਾ ਸਿਮਰਨ ਕਰਨਾ, ਜਦੋਂ ਸਿਮਰਨ ਕਰੋਗੇ ਤਾਂ ਪਾਪਾਂ ਦੀ ਮੈਲ ਚਲੀ ਜਾਏਗੀ, ਤੁਹਾਡੀ ਦੂਰ ਹੋ ਜਾਏਗੀ। ਸਨੈ ਸਨੈ ਗੁਰਮਤ ਲਿਹ ਪਾਏ। ਸਨੈ ਸਨੈ ਸਹਿਜੇ ਸਹਿਜੇ ਫਿਰ ਗੁਰਮਤ ਨੂੰ ਸਿੱਖ ਪ੍ਰਾਪਤ ਕਰ ਲੈਂਦਾ ਹੈ। ਜਨਮ ਅਨੇਕਨ ਕੇ ਅਗ ਬ੍ਰਿੰਦ। ਅਨੇਕਾਂ ਜਨਮਾਂ ਦੇ ਜਿੰਨੇ ਬਹੁਤ ਪਾਪ ਹੈ ਸਾਰੇ ਜਿੰਨੇ ਵੀ ਹੈ, ਕਰੋ ਭਜਨ ਸਭ ਹੋਏ ਨਿਕੰਦ। ਪਰਮੇਸ਼ਰ ਦੇ ਨਾਮ ਦਾ ਭਜਨ ਕਰਨ ਨਾਲ ਸਾਰੇ ਨਾਸ ਹੋ ਜਾਂਦੇ ਹੈ। ਨਾਮ ਵਿੱਚ ਇੰਨੀ ਸ਼ਕਤੀ ਹੈ ਭਾਈ। ਸੁਣ ਸਿੱਖਨ ਸ਼ਰਧਾ ਧਰ ਧੀਰ। ਸਿੱਖਾਂ ਨੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਸ਼ਰਧਾ ਹਿਰਦੇ ਵਿੱਚ ਅਤੇ ਧੀਰਜ ਨੂੰ ਧਾਰਨ ਕੀਤਾ ਹੈ। ਲਾਗੇ ਸਿਮਰਨ ਕਰਨ ਗਹੀਰ। ਐਸਾ ਮਹਾਨ ਸੁੰਦਰ ਜੋ ਸਾਰੇ ਸੁੱਖਾਂ ਦਾ ਦਾਤਾ ਹੈ, ਸਤਿਗੁਰਾਂ ਦਾ ਬਖਸ਼ਿਆ ਹੋਇਆ ਨਾਮ, ਉਸ ਨਾਮ ਨੂੰ ਜਪਣ ਲੱਗ ਪਏ ਔਰ ਸਿਮਰਨ ਕਰਨ ਲੱਗ ਪਏ। ਸਿਮਰਨ ਵਿੱਚ ਜੁੜ ਕੇ ਇਹਨਾਂ ਗੁਰਮੁਖਾਂ ਨੇ ਆਪਣਾ ਜੀਵਨ ਸਫਲ ਕੀਤਾ ਹੈ। ਸੰਗਤ ਜੀ, ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਸਾਰੇ ਨਗਰ ਦੀ ਸੰਗਤ ਨੂੰ ਬੇਨਤੀ ਹੈ ਕਿ ਆਪ ਸਾਰੀਆਂ ਸੰਗਤਾਂ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 1 ਜੂਨ ਤੋਂ 5 ਜੂਨ ਤੱਕ ਸ਼ਾਮ ਨੂੰ 4 ਵਜੇ ਤੋਂ 6:30 ਵਜੇ ਤੱਕ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਦੀਵਾਨ ਸਜਿਆ ਕਰਨੇ ਹਨ, ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਥੇ ਕੀਰਤਨ ਕਰਿਆ ਕਰਨਗੇ। ਫਿਰ ਕਥਾ ਹੋਇਆ ਕਰੇਗੀ। ਹਜ਼ਾਰਾਂ ਹੀ ਸੰਗਤਾਂ ਘੱਲੂ ਘਾਰਾ ਹਫ਼ਤਾ
ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਉਂਦੀਆਂ ਹਨ। ਇਸ ਲਈ ਤੁਸੀਂ ਸ਼ਾਮ ਦੇ ਦੀਵਾਨਾਂ ਵਿੱਚ ਹੁੰਮ ਹਮਾ ਕੇ ਰੋਜ਼ ਹਾਜ਼ਰੀ ਭਰਿਆ ਕਰਨੀ ਹੈ। 6 ਜੂਨ ਨੂੰ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਉੱਥੇ ਸਾਰਾ ਦਿਨ ਹਾਜ਼ਰੀਆਂ ਭਰਨੀਆਂ ਸ਼ਹੀਦੀ ਸਮਾਗਮਾਂ ਵਿੱਚ। ਇਹ ਸਾਰਿਆਂ ਨੇ ਬੇਨਤੀ ਪ੍ਰਵਾਨ ਕਰਨੀ, ਜਿਨ੍ਹਾਂ ਮਾਈਆਂ ਭਾਈਆਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਭਾਈ ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਹੋ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ, ਸਾਬਤ ਸੂਰਤ ਕੇਸ ਰੱਖੋ। ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰਨਾ ਹੈ। ਅੱਜ ਦੇ ਦੀਵਾਨ ਵਿੱਚ ਜਿੰਨੀਆਂ ਵੀ ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਪੁੱਜੀਆਂ, ਸ਼ਹੀਦ ਪਰਿਵਾਰ ਪਹੁੰਚੇ ਹੈ, ਕੁਰਬਾਨੀ ਵਾਲੇ ਸਿੰਘ ਪਹੁੰਚੇ ਹੈ, ਮੈਂ ਸਭ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਬਹੁਤ ਹੀ ਸਨਮਾਨ ਜੋ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਅਜੈਬ ਸਿੰਘ ਜੀ, ਜਿਨ੍ਹਾਂ ਦੀ ਬਹੁਤ ਵੱਡੀ ਗੁਰਧਾਮਾਂ ਲਈ ਸੇਵਾ ਹੈ, ਔਰ 6 ਜੂਨ ਦੇ ਨੀ ਸ਼ਹੀਦੀ ਸਮਾਗਮਾਂ ਵਿੱਚ ਬਾਬਾ ਜੀ ਇਸ ਇਲਾਕੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਲੈ ਕੇ ਸ਼ਹੀਦੀ ਸਮਾਗਮਾਂ ਵਿੱਚ ਪਹੁੰਚਦੇ ਹੈ। ਸੋ ਉਹਨਾਂ ਮਹਾਂਪੁਰਖਾਂ ਨੇ ਉਚੇਚੇ ਤੌਰ 'ਤੇ ਆ ਕੇ ਦਰਸ਼ਨ ਦਿੱਤੇ ਹੈ, ਸੰਗਤ ਵਿੱਚ ਹਾਜ਼ਰੀ ਭਰੀ ਹੈ। ਮੈਂ ਮਹਾਂਪੁਰਖ ਸੰਤ ਬਾਬਾ ਅਜੈਬ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਹਲਕੇ ਤੋਂ ਮੈਂਬਰ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਵੀ ਪਤਵੰਤੇ ਪਹੁੰਚੇ ਆ, ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਸੰਗਤਾਂ ਨੇ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਪਹੁੰਚਣਾ, ਉਹਨਾਂ ਨੂੰ ਬੇਨਤੀ ਹੈ, ਇਸ ਇਲਾਕੇ ਵਿੱਚੋਂ ਤੁਸੀਂ ਭਾਈ ਸ਼ਮਸ਼ੇਰ ਸਿੰਘ ਜੀ ਡੇਠੂਵਾਲ, ਭਾਈ ਬਲਵਿੰਦਰ ਸਿੰਘ ਜੀ ਅਤੇ ਹੋਰ ਸਾਰੇ ਸਿੰਘਾਂ ਨਾਲ ਮਿਲ ਕੇ ਰਾਬਤਾ ਕਰ ਸਕਦੇ ਹੋ, ਸਾਰੇ ਪ੍ਰਬੰਧ ਕੀਤੇ ਜਾਣਗੇ। ਸੋ ਭਾਈ, ਮੈਂ ਇਹਨਾਂ ਸਿੰਘਾਂ ਦਾ ਫੇਰ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸੁਣ ਸਿੱਖਨ ਸ਼ਰਧਾ ਧਰ ਤੀਰ, ਲਾਗੇ ਸਿਮਰਨ ਕਰਨ ਗਹੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।